जस्ट टीवी देख रहे हो तुसीं, मैं केपी सिंह, टू द पॉइंट तुहाडा स्वागत करता। नौजवान, नौजवान वह शब्द है जिस दे लई अक्सर लड़ाई लड़ी जाती है। नौजवान नूं कहा जाता है कि देश का भविख है, दुनिया का भविख है, इहदे सारे सारा रोड मैप तैयार किया जाता, पर नौजवान की किन्नी सुनवाई की जा रही है, नौजवान किन्ने मौके प्रदान किए जा रहे हैं, ये बहुत सारे सवाल है नौजवानों के अगे है। 12 अगस्त 2000 पहली बार इंटरनेशनल यूथ डे सैलीब्रेट किया गया, 1999 सोचा गया इस बारे, यूएन तो 779 करोड़ की जी आबादी है, 121 करोड़ है जिहड़े वो नौजवान है, उस दे विचाले भारत में 25 करोड़ नौजवान है, यानी कि आबादी का 18%, दुनिया के 16% यूथ है। तो देश का सब तो जिहड़ा नौजवान है, दुनिया का नौजवान है जिहड़ा देश भारत है, तो भारत दे अगे नौजवानों की चुनौती बहुत वड्डी है। बेरोज़गारी, सिक्ख्या, हर तंत्र दे विच, चाहे वह पोलिटिकल सिस्टम है, उस दे विच भी बहुत सारे सवाल है। असी इको सवाल करना है यूथ नूं, जवानी अगे कि जंग, यूथ नूं सवाल एक ही पूछा जाएगा, यूथ अगे सवाल एक ही रखा जाएगा, दुनिया की सब तो वध नौजवान आबादी लई भारतीय सियासत कोल किहड़ा रोड मैप है। इस सवाल पर चर्चा करांगे। पैनलिस्ट साडे नाल मौजूद है कि है यूथ है जिहड़े आउण वाले समें दे वड्डे चेहरे हो सकते हैं। अक्षय शर्मा प्रेजिडेंट एन एस यू आई पंजाब इकाई दे, चिरांशु रतन सकत्तर ने ABVP पंजाब इकाई दे, अमनदीप ने PSU ललकार दे, ते तिना मेहमानों का बहुत स्वागत करते हैं। तिना नूं इंटरनेशनल यूथ डे दीआं मुबारकां। थैंक यू जी, बहुत बहुत धन्यवाद जी। शुक्रिया जी, शुक्रिया। सब तो पहला सवाल तुहानूं करना चाहूँगा, जिवें तुसीं सारे डे होर मनाउंदे हो उवें इंटरनेशनल यूथ डे की वधाई किसे नूं दित्ती है तुसीं? अक्षय शर्मा, सब तो पहला सवाल तुहानूं। जरूर सर, अज असीं सब तो वधी जिहड़ी वधाई आ उह यूथ नूं ते साडे विद्यार्थियों नूं दे चुके हैं, जिहदे तहत अज असीं अमृतसर दे विच तुहानूं दस्सिया सी सीगे, ਤੇ ਵਧਾਈ ਦਿੰਦੇ ਹੋਏ ਸਰਕਾਰ ਵੱਲੋਂ ਅੱਜ ਜਿਹੜਾ ਕਿ ਮੋਬਾਈਲ ਫੋਨਸ ਦੇਣੇ ਸੀਗੇ ਉਹ ਨਾਲ ਦੇ ਕੇ ਆਪਣੇ ਵਿਦਿਆਰਥੀਆਂ ਨੂੰ ਦਵਾ ਕੇ ਆਏ ਆ। ਮੇਨ ਜਿਹੜਾ ਡਿਜੀਟਲਾਈਜੇਸ਼ਨ ਦੇ ਵੱਲ ਪ੍ਰਚਾਰ ਕਰਕੇ ਤੁਸੀਂ ਕਰਨਾ ਸੀ, ਪੂਰੇ ਪ੍ਰਚਾਰ ਤੋਂ ਕਰਤਾ ਸੀ ਪ੍ਰਚਾਰ ਤੇ ਦੇਖੋ ਦੇਖੋ ਜ਼ਰੂਰੀ ਹੈ ਤੇ ਬੱਚਿਆਂ ਤੱਕ ਪ੍ਰਚਾਰ ਤੋਂ ਸ਼ੁਰੂ ਕਰਦੇ ਕਿ ਜਿਹੜਾ ਅਸੀਂ ਯੂਥ ਦੀਆਂ ਦਿੱਕਤਾਂ, ਸਮਾਰਟਫੋਨ ਨਹੀਂ ਹੈਗਾ। ਮੈਂ ਵਾਪਸ ਆਉਂਗਾ ਇਸ ਸਵਾਲ ਤੇ ਅਕਸ਼ ਸ਼ਰਮਾ, ਚਲੋ ਇੱਕ ਵਾਰ ਫਿਰ ਮੁਬਾਰਕ। ਚਿਰਾਂਸ਼ੂ, ਤੁਸੀਂ ਮੁਬਾਰਕ ਦਿੱਤੀ ਕਿਸੇ ਨੂੰ? ਮੁਬਾਰਕਬਾਦ ਦਿੱਤੀ ਹੈ। ਤੇ ਇੱਕ ਜਿਹੜਾ ਖਾਸ ਕਨਸੈਪਟ ਅਸੀਂ ਜਿਹੜਾ ਸਾਨੂੰ ਨੋਟਿਸ ਹੋਇਆ ਕਿ ਆਪਣੇ ਸੂਬੇ ਦੇ ਵਿੱਚ ਕਾਫੀ ਹੱਦ ਤੱਕ ਇੰਟਰਨੈਸ਼ਨਲ ਯੂਥ ਡੇ ਇੰਨਾ ਪ੍ਰਚਲਿਤ ਹੈ ਨੀ ਵਿਦਿਆਰਥੀਆਂ ਦੇ ਵਿੱਚ ਜਾਂ ਯੂਥ ਦੇ ਵਿੱਚ ਵੀ, ਤਾਂ ਇਹਦੀ ਭੂਮਿਕਾ ਅਸੀਂ ਸਭ ਨਾਲ ਜ਼ਰੂਰ ਸਾਂਝੀ ਕੀਤੀ, ਅਸੀਂ ਲੈਕਚਰ ਵੀ ਕਰਵਾਇਆ ਕਿਸੇ ਆਪਣੇ ਕਹਿੰਦੇ ਇਸ ਰਾਹੀਂ ਅਸੀਂ ਇਸ ਯੂਥ ਡੇ ਨੂੰ UN ਨੇ ਕੀ ਮੰਨ ਕੇ ਅੱਜ ਦੇ ਦਿਨ ਨੂੰ ਯੂਥ ਡੇ ਡਿਕਲੇਅਰ ਕੀਤਾ, ਇਹਦੀ ਇੱਕ ਜਾਣਕਾਰੀ ਰੱਖਣ ਦੀ ਵਿਦਿਆਰਥੀਆਂ ਦੇ ਵਿੱਚ ਤੇ ਯੁਵਾ ਦੇ ਵਿੱਚ ਕੋਸ਼ਿਸ਼ ਕੀਤੀ। ਚੰਗੀ ਚੰਗੀ ਕੋਸ਼ਿਸ਼। ਅਮਨਦੀਪ, ਤੁਸੀਂ ਕਿਵੇਂ ਸੈਲੀਬ੍ਰੇਟ ਕੀਤਾ ਇੰਟਰਨੈਸ਼ਨਲ ਯੂਥ ਡੇ? ਵੈਸੇ ਕੋਰੋਨਾ ਨਾਲ ਵੀ ਜੰਗ ਲੜਦੇ ਪਏ ਅਸੀਂ ਤਾਂ, ਕੀਤਾ ਕਿਸੇ ਵੀ ਤਰੀਕੇ ਨਾਲ। ਬਸ ਇਹ ਗੱਲ ਆ ਵੀ ਜੋ ਯੂਥ ਡੇ ਦਾ ਅਸਲ ਮਕਸਦ ਹੋਣਾ ਚਾਹੀਦਾ, ਜੋ ਨੌਜਵਾਨਾਂ ਨੂੰ ਅਸਲ ਰਾਹ ਤੇ ਲੈ ਕੇ ਜਾਣਾ, ਉਹਦਾ ਕੰਮ ਆਪਾਂ ਸਿਰਫ ਇੱਕ ਦਿਨ ਨਹੀਂ, ਆਪਾਂ ਪੂਰੇ ਸਾਲ ਲੱਗੇ ਰਹੀਦਾ। ਤੇ ਮੈਨੂੰ ਲੱਗਦਾ ਉਹ ਜ਼ਿਆਦਾ ਜ਼ਰੂਰੀ ਆ ਗੱਲ ਕਰਨਾ ਵੀ ਨੌਜਵਾਨ ਪੀੜ੍ਹੀ ਨੂੰ ਇੱਕ ਚੰਗੇ ਰਾਹ ਤੇ ਲੈ ਕੇ ਜਾਣਾ। ਮੈਂ ਤੁਹਾਡੇ ਕੋਲ ਅਖੀਰ 'ਚ ਤਾਂ ਆਇਆ ਸੀਗਾ, ਮੈਨੂੰ ਪਤਾ ਸੀ ਇੱਕ ਵੱਖਰੀ ਸੋਚ ਮੇਰੇ ਕੋਲ ਆਊਗੀ। ਹਾਂ ਅਮਨਦੀਪ, ਜਿਸ ਤਰੀਕੇ ਨਾਲ ਇਹਨਾਂ ਨੇ ਕਿਹਾ ਕਿ ਸਾਡੇ ਸੂਬੇ ਦੇ ਵਿੱਚ ਪ੍ਰਚਲਿਤ ਨਹੀਂ ਹੈ, ਸਾਡੇ ਸੂਬੇ ਦੇ ਵਿੱਚ ਪਤਾ ਨਹੀਂ ਹੈਗਾ ਇੰਟਰਨੈਸ਼ਨਲ ਯੂਥ ਡੇ ਬਾਰੇ, ਮੇਰਾ ਸਵਾਲ ਇਹ ਹੈਗਾ ਕਿ ਤੁਸੀਂ ਕਹਿ ਰਹੇ ਹੋ ਕਿ ਸਾਡਾ ਇੱਕ ਦਿਨ ਮਨਾਉਣਾ ਮਕਸਦ ਨਹੀਂ ਹੈਗਾ, ਸਵਾਲ ਇਹ ਹੈਗਾ ਫਿਰ ਇਹਦੀ ਥੀਮ ਬਾਰੇ ਕਿਸੇ ਨੂੰ ਕੋਈ ਪਤਾ ਹੋਊਗਾ? ਯੂਥ ਇੰਗੇਜਮੈਂਟ ਜਿਹੜੀ ਥੀਮ ਦੀ ਗੱਲ ਕੀਤੀ ਜਾਂਦੀ ਹੈ ਗਲੋਬਲ ਐਕਸ਼ਨ ਦੀ। ਹਾਂਜੀ, ਮਤਲਬ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀਆਂ ਨਹੀਂ ਹੈਗੀਆਂ, ਪਰ ਇਹ ਵੀ ਤਾਂ ਦੇਖੀਏ ਵੀ ਅਸਲ ਵਿੱਚ ਲੋਕਾਂ ਦੀ ਪਹੁੰਚ ਕਿੱਥੋਂ ਤੱਕ। ਆਪਾਂ UN ਦੀ ਗੱਲ ਕਰਦੇ ਹਾਂ ਤੇ ਇੱਥੇ ਨੌਜਵਾਨ ਆ ਜਿਹੜੇ ਉਹ ਸਕੂਲਾਂ ਕਾਲਜਾਂ ਦੇ ਵਿੱਚੋਂ ਡਰੋਪ ਆਊਟ ਕਰ ਰਹੇ ਨੇ, ਉਹਨਾਂ ਦੀਆਂ ਹਾਲਤਾਂ ਇੰਨੀਆਂ ਮਾੜੀਆਂ ਨੇ, ਉਸ ਨੌਜਵਾਨ ਯੂਥ ਤੱਕ ਸਾਨੂੰ ਘਰੋਂ ਘਰੀ ਤੇ ਪੈਦਲ ਪਹੁੰਚਣਾ ਪੈਣਾ। ਤੇ ਇਹ ਸਿਰਫ UN ਦੇ ਇਸ ਦਿਨ ਨੂੰ ਮਨਾਉਣ ਲਈ ਨਹੀਂ, ਆਮ ਤੌਰ ਤੇ ਉਹਨਾਂ ਦੀਆਂ ਹਾਲਤਾਂ ਨੂੰ ਥੋੜਾ ਜਿਹਾ ਬਿਹਤਰ ਬਣਾਈਏ ਤਾਂ ਕਿ ਉਹਨਾਂ ਨੂੰ ਆਪ ਉਹਨਾਂ ਦੀ ਪਹੁੰਚ ਇੱਥੋਂ ਤੱਕ ਪਹੁੰਚੇ, ਕਿਉਂਕਿ ਉਹ ਜਿਵੇਂ ਕਹਿ ਦਈਏ ਵੀ ਚਾਂਦੀ ਦਾ ਚਮਚਾ ਲੈ ਕੇ ਤਾਂ ਪੈਦਾ ਹੋਏ ਨਹੀਂ, ਉਹ ਆਪਣੇ ਵਰਗੇ ਕੁਛ ਪ੍ਰਿਵਿਲੇਜਡ ਨਹੀਂ ਹੈਗੇ। ਬਹੁਤ ਸਾਰੀ ਨੌਜਵਾਨ ਪੀੜ੍ਹੀ ਇਹੋ ਜਿਹੀ ਆ ਜਿਹੜੀ ਤਾਂ ਸਾਡੇ ਵਾਂਗੂ ਇੱਥੇ ਬੈਠ ਕੇ ਵੀਡੀਓ ਕਾਲ ਵੀ ਨਹੀਂ ਕਰ ਸਕਦੀ। ਇਹੋ ਜਿਹੀਆਂ ਹਾਲਤਾਂ ਵਾਲੀ ਨੌਜਵਾਨ ਪੀੜ੍ਹੀ ਦਾ ਅਸਲ ਵਿੱਚ ਅੱਜ ਰਸਤਾ ਹੈ ਵੀ ਉਹ ਅੱਗੇ ਕਰੂਗੀ ਕੀ, ਤੇ ਉਹੀ ਬਹੁਤ ਹੀ ਨੌਜਵਾਨ ਹੈ। ਅਕਸ਼ੈ ਸ਼ਰਮਾ, ਤੁਹਾਡੇ ਸਵਾਲ ਦਾ ਜਵਾਬ ਆ ਗਿਆ ਸਰ। ਸਮਾਰਟਫੋਨ ਦੇ ਨਾਲ ਐਜੂਕੇਸ਼ਨ ਨੂੰ ਮਜ਼ਬੂਤ ਨਹੀਂ ਕੀਤਾ ਜਾ ਸਕਦਾ, ਉੱਥੇ ਤੱਕ ਪਹੁੰਚਣਾ ਪੈਣਾ, ਪੈਦਲ ਆਪ ਜਾਣਾ ਪੈਣਾ, ਸਮਾਰਟਫੋਨ ਦੇ ਨਾਲ ਨਹੀਂ ਹੋਣਾ ਸਭ ਕੁਝ। ਨਹੀਂ ਸਰ, ਸਮਾਰਟਫੋਨ ਦੇ ਨਾਲ ਹੀ ਨਹੀਂ ਹੋਣਾ, ਬਟ ਦੇ ਵਿੱਚ ਕੀ ਕਰੋਨਾ ਦੇ ਚੱਲਦੇ ਹੋਏ ਜਿਹੜਾ ਕਿ ਐਜੂਕੇਸ਼ਨ ਦੇ ਵਿੱਚ ਗੈਪ ਪੈ ਰਿਹਾ ਸੀਗਾ, ਵਿਦਿਆਰਥੀਆਂ ਨੂੰ ਲੋੜ ਸੀਗੀ, ਜਿਵੇਂ ਕਿ ਹਰੇਕ ਸਰਕਾਰ ਕਿਵੇਂ ਜੋੜ ਲੈਂਦੇ ਹੋ ਅਕਸ਼ੈ ਸ਼ਰਮਾ ਤੁਸੀਂ ਇਸ ਨੂੰ
तीन साढ़े तीन साल पहले तुहाड़ी अनाउंसमेंट है, अज क्यों जोड़दे पे उहदे नाल? आपां यूथ नूं सिर्फ स्मार्टफोन समझदे हां, यूथ नूं सिर्फ आपां सोशल मीडिया समझदे हां? अक्षय शर्मा बिल्कुल नहीं समझते यूथ नूं, अज बिल्कुल ते बिल्कुल नाल जोड़न दी लोड़ है, यूथ नूं नौकरियां दी लोड़ है, यूथ नूं अग्गे आउण दी लोड़ है। बट जिहड़ी चीज़ नूं डिजिटलाइजेशन दा वादा कीता सी भावें मोदी सरकार ने कीता सी, उह पूरा नहीं कर पाई। जे साडी सरकार ने वादा कीता सीगा ते उहदा जिहड़ा पड़ाव सीगा पहला, अज असीं पूरा कीता है। ते सर बेरोजगारी भत्ते दा तुसीं जिक्र करदे रहे, मैनूं चंगा लगदा बेरोजगारी भत्ते दा तुसीं जिक्र करदे कि असीं स्मार्टफोन दे नाल बेरोजगारी भत्ते दी आवाज़ उठाई है। मैं मान लैंदा तुहाडी गल अक्षय शर्मा, मैं तुहाडे नाल वी तुर पैंदा। दे नाल पंजाब दे वादे कीते सीगे, पहला वादा असीं कीता सी कि असीं विद्यार्थियां चोणां खोलांगे, पहला वादा विद्यार्थी चोणां दा सीगा, दूजा स्मार्टफोन दा सीगा। 28 मार्च 2018 नूं विद्यार्थी चोणां खोलियां गईयां सर, उस तों बाद अज स्मार्टफोन दा वादा वी अज पूरा कर दित्ता। विद्यार्थी चोणां खोलियां ने पर विद्यार्थी चोणां होईयां तां किते वी नहीं हैगियां हजे तक। 28 मार्च तक मेरी जानकारी है, ना तां गुरु नानक देव जी 2021 नूं वी होणगियां। मतलब वादे तो बथेरे हुंदे ने, ऐलान तां बहुत पास वी कर चुके हैं, थल्ले जमीन ते दिखाई नहीं दिंदे। चलो मैं वापस आऊंगा तुहाडे कोल, वापस आऊंगा अक्षय शर्मा तुहाडे कोल वी आऊंगा। चरांशु रतन, वादे तुहाडे भी सीगे, यूथ लई वादे सी 2 करोड़ नौकरियां जां किसे होर नूं देनियां सीगियां? देखो जी, ओह वादे तुसीं भाजपा तों पुछो ज्यादा वधी दसणगे। एबीपी ने पिछले 2 सालां दे विच पंजाब दे विच सब तों वड्डा संघर्ष दी लड़ाई जिहड़ी लड़ी है, 3 बार विधानसभा घेराव कीता पंजाब दे चंडीगढ़ दे विच, तां उहदी सब तों पहली मंग इही रही है कि विद्यार्थी चोणां जिहड़ियां 84 तों पहलां बंद हो गईआं सी, 35 वर तों वध हो गए सी उहनां नूं बंद होइआं नूं, उह खोलीआं जाण। ते उह इस वार कैप्टन सरकार ने अनाउंस करके पहली ओ तां साडी मंग ते मोहर लई है। ते जिहड़ी गल करदे ने वी इहनां ने खलवाईआं ने, तां ग्राउंड ते इहनां ने किहड़ा संघर्ष कीता, उहनां नूं पुछणा चाहूंगा किथे इहनां ने धरना दित्ता सी, किहड़े डीसी नूं इहनां ने मेमोरेंडम दित्ता सी वी इह तां इह चीज़ चोणां होणी चाहीदी ने। तीन वार एबीपी ने तो विधानसभा घेराव किया, भी उस सरकार का जिन्हें वादा किया किसी विद्यार्थी कौंसल से चोणा खोलांगे, तो चोणा खोलिया कद गई जब पता है भी 1.5 साल रह गया सरकार का कार्यकाल पूरा होने नूं, तो 1.5 साल हजे करोना के करके हजे हो स्टेबलाइज नहीं हो पाना। एक मिनट प्लीज, मैं पहले ही तुहानूं तकीद कर चुकिया, इदां जे क्रॉस करोगे नहीं आवाज तुहाडी पहुंचूगी। 3 बार विधानसभा घेरी, एक मिनट प्लीज अक्षय शर्मा, एक मिनट प्लीज, चरांशु रतन ऐदा ना करो प्लीज ऐदा ना करो। जवानियां के जंग यही है जिहड़ी आपस में लड़ी जा रही है, पर सवाल यह जमीन ते किन्नी उतरदी है? असी तो सुनिया सी, हम तो दरिया हैं, हमें अपना हुनर मालूम है, जिधर भी चल पड़ेंगे रास्ते खुद खुद बन जाएंगे। रास्ते किवें बन जाएंगे? जो तो यूथ कह रहे हैं, यूथ के रिप्रजेंटेटिव ये गल कह रहे हैं कि नौकरी वाला सवाल ना किया जाए, साड़ी उपरली पार्टी नूं किया जाए। जदों ये सवाल वो डिसाइड कर रहे हैं, जो चोणां लड़दे आ उदों होर सवाल होंदे आ, जो टीवी डिबेट में आते होर सवाल होंदे आ, जो ओपन डिबेट में आते होर सवाल होंदे आ, जो सोशल मीडिया एक दूजे नाल गल करदे उदों होर सवाल होंदे आ। पर सवाल यूथ के अगे यही है, बेरोजगारी, सिक्ख्या ते ये जिहड़ा सिस्टम हैगा यूथ नूं बराबरी दे मौके किने दिंदा, साडे सवाल यही है। हालांकि स्टूडियो डिबेट विच वी यूथ नूं मौका नहीं दिता जा रहा, साडे मीडिया ते वी ये सवाल होना चाहिदा। ब्रेक तों बाद वापस आ रहा, वड्डा सवाल असीं पुछ रहे हैं इस यूथ तों, दुनिया की सब तो वध नौजवान आबादी लई भारतीय सियासत कोले किहड़ा रोड मैप है? अक्षय शर्मा, आपां पॉइंट टू पॉइंट रहिए, मेरा पहला सवाल यह है तुहानूं, हुण जिहड़े इस सैगमेंट दे विच जिहड़ी नैशनल एजुकेशन पॉलिसी आई है, उस नूं तुसीं किस नज़रिए नाल देखते हो? इस पॉलिसी दे विच सर इन्हां ने सब तों पहलां ते अपना उन्हां चीज़ां नूं पहलां शुरुआत तों मैं दसना चाहूँगा, जिवें कि इन्हां ने पहलां CBSE दा सिलेबस कट किया, नैशनल पॉलिसी बनाई। नैशनल पॉलिसी विच कुछ सही चीज़ां भी ने, सही चीज़ां नूं असीं अपनाउने भी हाँ, असीं सही चीज़ां लैके भी गए ने, बट इन्हां दे विच सब तों पहली गल ते उन्हां चीज़ां दे उत्ते है जदों इन्हां ने सिलेबस कट करना शुरू कर दिता, उन्हां मुद्दियां नूं विच खत्म करना शुरू कर दिता भी जिहड़े मुद्दे साडे नौजवान दे लई जां साडे विद्यार्थियां दे लई आउण वाले समें दे विच सही मुद्दे सीगे, भावें सैकुलरिज़म दा मुद्दा सीगा, डीमोनेटाइजेशन दा मुद्दा सीगा, जे उह तुसीं जियोग्राफी दे विच गल कर लो साडे नेबर कंट्रीज़ नाल साडे संबंध किवें दे ने, उह मुद्दा सीगा, उह मुद्दे सीगे। उन्हां मुद्दियां दे उत्तों इन्हां ने विद्यार्थियां दा ते नौजवानां दा
ਇਹ ਦਿਮਾਗ ਪਟਕਾਉਣ ਦੀ ਕੋਸ਼ਿਸ਼ ਕਰਕੇ ਕਿ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਸਵਾਲ ਨਾ ਕਰ ਸਕੇ, ਨੌਜਵਾਨ ਪੀੜ੍ਹੀ ਇਹਨਾਂ ਨੂੰ ਉਹਨਾਂ ਕਠਹਿਰੇ ਦੇ ਵਿੱਚ ਖੜਾ ਨਾ ਕਰ ਸਕੇ ਕਿ ਜਿਹਨਾਂ ਚੀਜ਼ਾਂ ਤੋਂ ਇਹਨਾਂ ਨੇ ਨੌਜਵਾਨਾਂ ਲਈ ਧੱਕਾ ਕੀਤਾ, ਨੌਜਵਾਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਇਤਿਹਾਸ ਨੂੰ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ, ਇਹ ਚੀਜ਼ਾਂ ਗਲਤ ਸੀਗੀਆਂ ਸਰ। ਇਹਨਾਂ ਚੀਜ਼ਾਂ ਦੇ ਬਾਰੇ ਇਹਨਾਂ ਨੂੰ ਸੋਚਣਾ ਚਾਹੀਦਾ। ਤੁਸੀਂ ਇਹਦੇ ਖਿਲਾਫ ਆਵਾਜ਼ ਚੁੱਕੀ ਹੈ ਅਕਸ਼ੇ ਸ਼ਰਮਾ? ਬਿਲਕੁਲ ਸਰ, ਬਿਲਕੁਲ। ਹਾਂ ਠੀਕ ਹੈ, ਚਿਰਾਂਸ਼ੂ ਵੈਸੇ ਸਵਾਲ ਤੁਹਾਨੂੰ ਮੈਂ ਪੁੱਛਾਂ ਕਿ ਨਾ ਪੁੱਛਾਂ ਕਿ ਤੁਹਾਡੀ ਵੱਡੀ ਪਾਰਟੀ ਨੂੰ ਪੁੱਛਾਂ, ਕਿਉਂਕਿ ਇਹ ਤਾਂ ਵੱਡੀ ਪਾਰਟੀ ਦਾ ਸਵਾਲ ਹੈ ਨੈਸ਼ਨਲ ਐਜੂਕੇਸ਼ਨ ਪਾਲਿਸੀ, ਜੇ ਸੈਕੂਲਰਿਜ਼ਮ ਦਾ ਗੱਲ ਆ ਗਈ ਨਾਲ ਦਿਆਂ ਤੁਸੀਂ ਉਂਗਲ ਖੜੀ ਕਰਤੀ। ਚਿਰਾਂਸ਼ੂ ਮੈਂ ਬਹੁਤ ਧੰਨਵਾਦ ਕੇਪੀ ਜੀ ਇਸ ਸਵਾਲ ਲਈ। ਤਾਂ ਮੈਂ ਤੇ ਕਲੀਅਰ ਕਰਦਾ ਕਿ ਨੈਸ਼ਨਲ ਐਜੂਕੇਸ਼ਨ ਪਾਲਿਸੀ 2016 ਦੇ ਵਿੱਚ ਜਿਹੜੀ ਕਮੇਟੀ ਗਠਿਤ ਹੋਈ ਸੀਗੀ ਤੇ ਉਹਦੇ ਵਿੱਚ ABVP ਦੇ ਵੀ ਕੁਝ ਅਕੈਡਮੀਸ਼ੀਅਨਸ ਦਾ ਰੋਲ ਰਿਹਾ। 31 ਮਈ 2019 ਨੂੰ ਡਰਾਫਟ ਕਰਕੇ ਕੇਂਦਰ ਸਰਕਾਰ ਦੇ ਮੂਹਰੇ ਪਾਲਿਸੀ ਤਿਆਰ ਕਰਕੇ ਰੱਖੀ ਗਈ। ਉਹ ਤੋਂ ਬਾਅਦ 3 ਮਹੀਨੇ ਦਾ ਸਮਾਂ ਕੇਂਦਰ ਸਰਕਾਰ ਨੇ ਦੇਸ਼ ਦੇ ਵਿੱਚ ਅਲੱਗ ਅਲੱਗ ਅਕੈਡਮੀਸ਼ੀਅਨਸ ਨੂੰ ਜਾਂ ਓਪਨ ਟੂ ਆਲ ਸਟੂਡੈਂਟਸ ਰੱਖਿਆ ਵੀ 3 ਮਹੀਨੇ ਤੁਸੀਂ ਇਹਨੂੰ ਡਰਾਫਟ ਨੂੰ ਪੜ੍ਹੋ। ਇੰਗਲਿਸ਼ ਤੇ ਹਿੰਦੀ ਵਿੱਚ ਡਰਾਫਟ ਹੋਇਆ ਸੀਗਾ ਵੀ ਇਹ ਤੇ ਮੈਨੂੰ ਸੁਝਾਅ ਦਵੋ। ਉਸ ਤੋਂ ਬਾਅਦ ਅਮੈਂਡਮੈਂਟ ਕਰਕੇ ਚਿਰਾਂਸ਼ੂ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਸੁਝਾਅ ਮੰਗੇ ਸੀਗੇ, ਸੁਝਾਅ ਤੁਹਾਨੂੰ ਵੀ ਪਤਾ ਕਿਵੇਂ ਪਹੁੰਚੇ। ਮੈਂ ਆ ਰਿਹਾ ਚਿਰਾਂਸ਼ੂ ਜੀ, ਆ ਰਿਹਾ ਤੁਹਾਡੇ ਕੋਲ ਹੀ ਆ ਰਿਹਾ ਸਰ। ਤੁਹਾਡਾ ਚਿਰਾਂਸ਼ੂ ਤੁਹਾਡਾ ਸਵਾਲ ਹੀ ਅੱਗੇ ਵਧਾ ਰਿਹਾ। ਜਿਹੜੇ ਤੁਸੀਂ ਕਹਿ ਰਹੇ ਸੁਝਾਅ ਮੰਗੇ ਆ, 2 ਲੱਖ ਤੋਂ ਬਾਅਦ ਤੁਹਾਡੇ ਕੋਲ ਸੁਝਾਅ ਵੀ ਆ ਗਏ ਜਿਹੜਾ ਤੁਸੀਂ ਡਾਟਾ ਦਿੱਤਾ ਹੈਗਾ। ਮੇਰਾ ਸਵਾਲ ਇਹ ਹੈਗਾ ਕਿ ਸੁਝਾਵਾਂ ਤੋਂ ਬਾਅਦ ਜਿਹੜਾ ਅੱਗੇ ਸਾਹਮਣੇ ਰੱਖਿਆ ਗਿਆ ਪ੍ਰੋਜੈਕਟ ਨੈਸ਼ਨਲ ਐਜੂਕੇਸ਼ਨ ਪਾਲਿਸੀ ਹੈ, ਉਹ ਇੰਪਲਾਈਮੈਂਟ ਨੂੰ ਵੀ ਰਾਹ ਜਾਂਦਾ ਕਿ ਇਕੱਲਾ ਪੜ੍ਹ ਲਿਖ ਕੇ ਘਰੇ ਬਹਿ ਜਾਓ? ਤੁਸੀਂ ਕਹਿ ਰਹੇ ਸੀ ਇੰਪਲਾਈਮੈਂਟ ਵਾਲਾ ਸਵਾਲ ਹੀ ਨਾ ਕਰੋ ਮੈਨੂੰ। ਨਹੀਂ, ਮੈਂ ਤੁਹਾਨੂੰ ਇੰਪਲਾਇਮੈਂਟ ਵਾਲੇ ਸਵਾਲ ਤੇ ਮਨਾ ਨਹੀਂ ਕੀਤਾ ਕੇਪੀ ਜੀ, ਉਹ ਤੇ ਵੀ ਮਾਨਨਾ। ਮੈਂ ਪਹਿਲਾਂ ਤੁਹਾਨੂੰ ਨੈਸ਼ਨਲ ਐਜੂਕੇਸ਼ਨ ਪਾਲਿਸੀ ਵਾਲੀ ਗੱਲ ਤੇ ਗੱਲ ਦੱਸਾਂ। ਜਿਹੜਾ ਅਕਸ਼ੇ ਜੀ ਕਹਿ ਰਹੇ ਨੇ ਕਿ ਇਹਨਾਂ ਨੇ ਸਿਲੇਬਸ ਕੱਟ ਕੀਤਾ, ਸਿਲੇਬਸ ਕੱਟ ਕੋਈ ਨਹੀਂ ਹੋਇਆ। ਉਹ ਇੱਕ ਜਿਹੜਾ ਕੋਰੋਨਾ ਦਾ ਕਾਲ ਹੈ ਜਿੱਥੇ ਐਗਜ਼ਾਮੀਨੇਸ਼ਨਸ ਹੋਈਆਂ ਨੇ ਸੈਂਟਰਲ ਬੋਰਡ। ਅਕਸ਼ੇ ਜੀ, ਅਕਸ਼ੇ ਜੀ, ਇੱਕ ਮਿੰਟ ਪਲੀਜ਼, ਅਕਸ਼ੇ ਜੀ ਇੱਕ ਮਿੰਟ ਪਲੀਜ਼, ਇਹਦਾ ਨਾ ਕਰੀਏ ਆਪਾਂ। ਮੈਂ ਤੁਹਾਨੂੰ ਇੰਟਰਪਟ ਨਹੀਂ ਕੀਤਾ, ਆਪਾਂ ਤਾਂ ਪੜ੍ਹੇ ਲਿਖੇ ਆ ਸਾਰੇ। ਹਾਂ ਬੋਲੋ। ਹਾਂ ਪਲੀਜ਼, ਤੇ ਫੋਰ ਸਿਲੇਬਸ ਦੀ ਕੋਈ ਸਿਲੇਬਸ ਨੂੰ ਕਿਸੇ ਕਟੌਤੀ ਨਹੀਂ ਕੀਤੀ ਗਈ। ਉਹ ਜਿਹੜਾ ਕਿ ਸਿਲੇਬਸ ਉਸ ਪਰਟੀਕੁਲਰ ਸੈਸ਼ਨ ਦਾ ਕੰਪਲੀਟ ਨਹੀਂ ਹੋਇਆ ਸੀ, ਕੋਵਿਡ ਅਰਾਈਜ਼ ਹੋ ਗਿਆ, ਸਕੂਲ ਬੰਦ ਗਏ, ਕਾਲਜਸ ਬੰਦ ਹੋ ਗਏ ਸੀ, ਤਾਂ ਸਿਲੇਬਸ ਨੂੰ ਉਸ ਸੈਸ਼ਨ ਲਈ, ਇਸ ਸੈਸ਼ਨ ਲਈ ਕੱਟ ਕੀਤਾ ਗਿਆ ਸੀਗਾ। ਤੇ ਜਿਹੜੀ ਇਹ ਗੱਲ ਕਰ ਰਹੇ ਨੇ ਕਿ ਜਿਹੜੀਆਂ ਕਿ ਡੈਮੋਕ੍ਰੇਸੀ ਨੂੰ ਖਤਮ ਕਰਨ ਦੀਆਂ ਗੱਲਾਂ ਹੋ ਰਹੀਆਂ ਹੈ, ਤਾਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਸਭ ਤੋਂ ਵੱਡੀ ਅਚੀਵਮੈਂਟ ਜਿਹੜੀ ਪੰਜਾਬ ਨੂੰ ਰਹੂਗੀ ਕਿ ਸਾਨੂੰ, ਮੇਰਾ ਸਵਾਲ ਵੀ ਲੈ ਚਲੋ ਨਾਲ ਚਿਰਾਂਸ਼ੂ, ਐਜੂਕੇਸ਼ਨ ਮਿਲੇਗੀ ਤੁਹਾਨੂੰ, ਪੂਰਾ ਮੌਕਾ ਮਿਲ ਰਿਹਾ। ਮੇਰਾ ਸਵਾਲ ਵੀ ਲੈ ਚਲੋ ਨਾਲ, ਪੰਜਾਬੀ ਦੇ ਵਿੱਚ, ਪੰਜਾਬੀ ਭਾਸ਼ਾ ਦੇ ਵਿੱਚ ਇਹ ਡਰਾਫਟ ਆਇਆ ਸੀਗਾ? ਚਿਰਾਂਸ਼ੂ ਕੇਬੀ ਤੁਹਾਡੀ ਆਵਾਜ਼, ਹਾਂ ਹੁਣ ਆਊਗੀ ਆਵਾਜ਼, ਮੈਂ ਐਕਚੁਅਲੀ ਪੰਜਾਬੀ ਵਿੱਚ ਆਵਾਜ਼ ਘੱਟ ਸੁਣਦੀ ਹੈ ਕੇਂਦਰ ਤੱਕ। ਚਿਰਾਂਸ਼ੂ ਮੈਂ ਸਵਾਲ ਕਰ ਰਿਹਾ ਸੀਗਾ ਪੰਜਾਬੀ ਭਾਸ਼ਾ ਦੇ ਵਿੱਚ, ਚਿਰਾਂਸ਼ੂ ਪੰਜਾਬੀ ਭਾਸ਼ਾ ਦੇ ਵਿੱਚ ਡਰਾਫਟ ਦਿੱਤਾ ਸੀ ਤੁਸੀਂ? ਨਹੀਂ, ਇਹ ਡਰਾਫਟ, ਮੇਰੀ ਗੱਲ ਸੁਣੋ, ਕਿਸੇ ਵੀ ਖੇਤਰੀ ਭਾਸ਼ਾ ਦੇ ਵਿੱਚ ਡਰਾਫਟ ਨਹੀਂ ਆਇਆ। ਡਰਾਫਟ ਕਰਨ ਵਾਲੀ ਜਿਹੜੀ ਕਮੇਟੀ ਹੈ ਉਹਨੇ ਇੰਗਲਿਸ਼ ਤੇ ਹਿੰਦੀ ਦੇ ਵਿੱਚ ਡਰਾਫਟ ਕਰਕੇ 500 ਪੇਜਾਂ ਦਾ ਡਰਾਫਟ ਤਿਆਰ ਕੀਤਾ ਸੀਗਾ। ਆਪਾਂ ਇਹ ਦੇਖੀਏ ਕਿਹਦੇ ਵਿੱਚ ਖੇਤਰੀ ਭਾਸ਼ਾ ਆਪਣੇ ਪਾਸੇ ਕਿਉਂ ਰਹਿ ਜਾਂਦੀ ਹੈ? ਮੇਰਾ ਸਵਾਲ ਤਾਂ ਫਿਰ ਇਹੀ ਹੈ, ਖੇਤਰੀ ਭਾਸ਼ਾ ਪਾਸੇ ਕਿਉਂ ਕਰ ਦਿੰਦੇ ਆ ਆਪਾਂ? ਮੈਂ ਉਹੀ ਤਾਂ ਕਹਿ ਰਿਹਾ, ਜਿਹੜੇ ਬਣਾਉਣ ਵਾਲੇ ਆ ਉਹ ਇਸ ਪਾਲਿਸੀ ਦੇ ਵਿੱਚ ਨਹੀਂ ਪੜੇ, ਜਿਹੜੇ ਬਣਾਉਣ ਵਾਲੇ ਉਹ ਪੁਰਾਣੀਆਂ ਪਾਲਿਸੀਆਂ ਤੋਂ ਪੜੇ ਹੋਏ ਨੇ। ਖੇਤਰੀ ਭਾਸ਼ਾ ਨੂੰ ਤਾਂ ਵਜੂਦ ਤਵੱਜੋ ਇਹ ਪਾਲਿਸੀ ਦੇ ਵਿੱਚ ਮਿਲੀ ਹੈ, ਤਾਂ ਜਿਹੜੀ ਅਗਲੀ ਪਾਲਿਸੀ ਕਦੇ ਆਊਗੀ ਤਾਂ ਉਹ ਚ ਖੇਤਰੀ ਭਾਸ਼ਾ ਨਾ ਹੋਵੇ, ਤਾਂ ਮੈਂ ਚਾਹੂੰਗਾ ਤਾਂ ਉੱਥੇ ਤੁਸੀਂ ਜ਼ਰੂਰ ਆਬਜੈਕਸ਼ਨ ਕਰੋ। ਚਲੋ ਠੀਕ ਠੀਕ ਹੈ ਚਿਰਾਂਸ਼ੂ। ਅਮਨਦੀਪ, ਅਮਨਦੀਪ, ਨੈਸ਼ਨਲ ਐਜੂਕੇਸ਼ਨ ਪਾਲਿਸੀ ਦਾ ਜਦੋਂ ਸਵਾਲ ਆਉਂਦਾ ਤੇ ਤੁਹਾਡੇ ਵਰਗਾ ਯੂਥ ਕੀ ਸੋਚਦਾ? ਤੁਹਾਡੀ ਕਾਂਗਰਸ ਤੇ ਜਿਹੜੀ ਆ ABVP ਆ, NSUI ਆ, ਇਹਨਾਂ ਨੂੰ ਕੋਈ ਵੱਖਰੀ ਰਾਏ ਹੈ ਐਜੂਕੇਸ਼ਨ ਪਾਲਿਸੀ ਤੇ? ਹਾਂਜੀ ਬਿਲਕੁਲ, ਨੈਸ਼ਨਲ ਐਜੂਕੇਸ਼ਨ ਜਿਹੜੀ ਪਾਲਿਸੀ ਆਈ ਹੈ ਉਹ ਸਮੇਂ ਆਈ ਆ, ਹੁਣ ਜਦੋਂ ਕੋਰੋਨਾ ਦੇ ਕਾਰਨ ਪੂਰੇ ਦੇਸ਼ ਦੇ ਵਿੱਚ ਮਾੜਾ ਹਾਲ ਹੈ ਤੇ ਸਭ ਤੋਂ ਵੱਧ ਰੌਲਾ ਜਿਹੜਾ ਪਿਆ ਹੋਇਆ ਉਹ ਫੀਸਾਂ ਨੂੰ ਲੈ ਕੇ ਆ। ਤੁਸੀਂ ਬਹੁਤ ਅਮਨਦੀਪ, ਜਿਹੜੀ 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 ਧਿਰ ਤੋਂ ਤੁਸੀਂ PSU ਲਲਕਾਰ, ਤੁਸੀਂ ਤਾਂ ਬਹੁਤ ਡਿਫਾਈਨ ਦਾ ਬਹੁਤ ਵੱਡੇ ਆਰਟੀਕਲ ਛਾਪਤੇ ਆ, ਮੈਂ ਪੜ੍ਹੇ ਸੀਗੇ ਤੁਹਾਡੇ। ਹਾਂਜੀ ਹਾਂਜੀ ਬਿਲਕੁਲ, ਮਤਲਬ ਜਦੋਂ ਸਕੂਲ ਜਿਹੜੇ ਪ੍ਰਾਈਵੇਟ ਸਕੂਲਾਂ ਵਾਲਿਆਂ ਦੀ ਹਾਲਤ ਮਤਲਬ ਘਰਦਿਆਂ ਦੇ ਨਾਸੀ ਧੂਆਂ ਦਿੱਤਾ ਹੋਇਆ, ਉਸ ਵੇਲੇ ਪ੍ਰਾਈਵੇਟਾਈਜੇਸ਼ਨ ਨੂੰ ਹੋਰ ਵਧਵਾਂ ਫੁੱਲਵਾਂ ਰੂਪ ਦਿੱਤਾ ਜਾਂਦਾ, ਪੂਰਾ ਭਗਵਾਂ ਕਰਨ ਕਰਨ ਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਇਹਦੇ ਰਾਹੀਂ। ਤੇ ਤੀਸਰੀ ਗੱਲ, ਇੱਕ ਇਹਨਾਂ ਨੇ ਕਹਿਣ ਦੇ ਨਾ ਵੀ ਪੜ੍ਹਾਈ ਨੌਜਵਾਨ ਪੂਰੀ ਕਰ ਸਕੇ ਇਹਦੀ ਗੱਲ ਨਹੀਂ ਹੋ ਰਹੀ, ਨੌਜਵਾਨਾਂ ਲਈ ਸਰਕਾਰੀ ਕਾਲਜ ਸਕੂਲ ਖੋਲੇ ਜਾਣ ਇਹਦੀ ਗੱਲ ਨਹੀਂ ਹੋ ਰਹੀ, ਗੱਲ ਕੀ ਹੁੰਦੀ ਹੈ ਵੀ ਮਲਟੀਪਲ ਐਗਜ਼ਿਟ ਤੇ ਐਂਟਰੀ ਪੁਆਇੰਟਸ ਰੱਖਦੇ, ਵੀ ਜੇ ਜਵਾਕ ਤੋਂ ਸਾਲ ਦੀ ਪੜ੍ਹਾਈ ਹੁੰਦੀ ਹੈ ਸਾਲ ਦੀ ਪੜ੍ਹਾਈ ਕਰਕੇ ਨਿਕਲ ਜਾਓ, ਡਿਪਲੋਮਾ ਦੇ ਦਾਂਗੇ, 2 ਸਾਲ ਦੀ ਹੁੰਦੀ ਹੈ 2 ਸਾਲ ਦੀ ਕਰਕੇ ਨਿਕਲ ਜੇ,
ਗੱਲ ਕੀ ਆ ਵੀ ਅੱਜ ਨੌਜਵਾਨ ਪੀੜ੍ਹੀ ਨੂੰ ਪੜਾਉਣਾ ਵਾ ਇਹਦੇ ਬਾਰੇ ਚਰਚਾ ਖਤਮ ਹੈ ਅੱਜ ਸਿਰਫ ਬਾਹਰਲੀਆਂ ਜਿਹੜੀਆਂ ਹੋਰ ਇਨਵੈਸਟਮੈਂਟ ਆ ਉਹ ਐਜੂਕੇਸ਼ਨ ਦੇ ਵਿੱਚ ਵੀ ਲੈ ਕੇ ਆਉਣੀਆਂ ਤੇ ਬਿਲਕੁਲ ਜਿਹੜਾ ਬੇੜਾ ਗਰਕ ਕਰ ਦੇਣਾ ਇੱਥੋਂ ਪੜ੍ਹਾਈ ਦਾ ਤੇ ਸਿਰਫ ਉਹੀ ਪੜ੍ਹ ਸਕਣ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਕੋਈ ਨਾ ਕੋਈ ਪੈਸੇ ਨੇ ਨੋਟਾਂ ਨਾਲ ਬੋਰੀਆਂ ਭਰੀਆਂ ਹੋਈਆਂ ਨੇ ਸਿੱਧਾ ਸਾਧਾ ਇਹ ਆਪਾਂ ਦੇਖ ਸਕਦੇ ਹਾਂ ਵੀ ਭਗਵਾਂ ਕਰਨਾ ਹੈ ਨਿੱਜੀ ਕਰਨਾ ਹੈ ਤੇ ਬਹੁਤ ਤਿੱਖੇ ਤਰੀਕੇ ਨਾਲ ਇਹ ਹਮਲਾ ਕੀਤਾ ਗਿਆ ਕੇਂਦਰ ਸਰਕਾਰ ਦੇ ਵੱਲੋਂ ਉਦੋਂ ਜਦੋਂ ਲੋਕ ਘਰਾਂ ਦੇ ਵਿੱਚ ਤਾੜੇ ਹੋਏ ਨੇ। ਅਮਨਦੀਪ ਪਿਛਲੀ ਵਾਰੀ ਥੀਮ ਸੀਗਾ ਟਰਾਂਸਫਾਰਮਿੰਗ ਐਜੂਕੇਸ਼ਨ ਤੇ ਹੁਣ ਅਸੀਂ ਐਜੂਕੇਸ਼ਨ ਦੀ ਗੱਲ ਕਰ ਆ ਰਹੇ ਚਰਨ ਸ਼ੁ ਆ ਰਹੇ ਐਜੂਕੇਸ਼ਨ ਤੋਂ ਬਾਅਦ ਇੰਪਲਾਇਮੈਂਟ ਵਾਲਾ ਸਵਾਲ ਹੈ ਤੁਹਾਡੇ ਵਰਗੀਆਂ ਧਿਰਾਂ ਨੂੰ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਚਿਰਾਂਸ਼ੂ ਨੇ ਤਾਂ ਰੋਕਤਾ ਸੀ ਮੈਨੂੰ ਨਹੀਂ ਨਹੀਂ ਬਿਲਕੁਲ ਇੱਥੇ ਜੀ ਅਮਨਦੀਪ ਅਮਨਦੀਪ ਬੋਲੋ ਬੋਲੋ ਚਲੋ ਅਮਨਦੀਪ ਮੈਂ ਦੁਬਾਰਾ ਆ ਰਿਹਾ ਤੁਹਾਡੇ ਕੋਲ ਇਹੀ ਸਵਾਲ ਲੈ ਕੇ ਹਾਂ ਬੋਲੋ ਬੋਲੋ ਆਵਾਜ਼ ਆ ਰਹੀ ਹੈ ਮੇਰੇ ਕੋਲ ਹਾਂ ਬੋਲੋ ਚਲੋ ਅਮਨਦੀਪ ਕੋਲ ਦੁਬਾਰਾ ਜਾਣ ਦੀ ਕੋਸ਼ਿਸ਼ ਕਰਦੇ ਹਾਂ ਚਿਰਾਂਸ਼ੂ ਕੀ ਕਹਿ ਰਹੇ ਹੋ ਜੀ ਮੈਂ ਇੱਕ ਦੋਹੇ ਆਪਣੇ ਪੈਨਲਿਸਟਾਂ ਨੂੰ ਕੇਪੀ ਜੀ ਇੱਕ ਬੇਨਤੀ ਕਰਨਾ ਚਾਹੁੰਦਾ ਹੈ ਕਿ ਇਸ ਪਾਲਿਸੀ ਦੇ ਵਿੱਚ ਪੂਰਾ ਡਰਾਫਟ ਪੜ੍ਹ ਕੇ ਕਿੱਥੇ ਮੈਂਸ਼ਨ ਗੱਲ ਕੀਤੀ ਗਈ ਹੈ ਕਿ ਪ੍ਰਾਈਵੇਟਾਈਜੇਸ਼ਨ ਕੀਤੀ ਜਾਏਗੀ ਉਲਟਾ ਇਸ ਡਰਾਫਟ ਦੇ ਵਿੱਚ ਮੈਂਸ਼ਨਡ ਹੈ ਕਿ ਫੀ ਕੈਪਸ ਵਿਲ ਬੀ ਇੰਪੋਜ਼ਡ ਕਿ ਜਿਹੜੀ ਯੂਨੀਵਰਸਿਟੀਆਂ ਲੁੱਟ ਖੋ ਮਚਾ ਰਹੀਆਂ ਨੇ ਐਜੂਕੇਸ਼ਨ ਦੇ ਨਾਮ ਤੇ ਉਹਨਾਂ ਤੇ ਇੱਕ ਰੋਕ ਲਗਾਈ ਜਾਊਗੀ ਉਹਦੇ ਨਾਲ ਨਾਲ ਜਿਹੜੇ ਕਿ ਸਟੂਡੈਂਟਸ ਪੇ ਨਹੀਂ ਕਰ ਸਕਦੇ ਆਪਣੀ ਪੜ੍ਹਾਈ ਨੂੰ ਜਿਵੇਂ ਕਿ ਇਹਨਾਂ ਨੇ ਜ਼ਿਕਰ ਕੀਤਾ ਹੈ ਪਹਿਲਾਂ ਤਾਂ ਉਹਨਾਂ ਨੂੰ ਵੇਰੀਅਸ ਸਕਾਲਰਸ਼ਿਪਸ ਤੇ ਓਪਰਚੁਨਿਟੀਜ਼ ਇੰਟਰੋਡਿਊਸ ਕੀਤੀਆਂ ਜਾਣਗੀਆਂ ਇਸ ਪਾਲਿਸੀ ਦੇ ਡਰਾਫਟ ਦੇ ਵਿੱਚ ਚੀਜ਼ ਲਿਖੀ ਹੋਈ ਹੈ ਲਿਖੀ ਹੋਈ ਚੀਜ਼ ਨੂੰ ਅਸੀਂ ਮੰਨ ਰਹੇ ਭਈਆ ਤੁਹਾਡੀ ਸਰਕਾਰ ਨੇ ਜੀਓ ਯੂਨੀਵਰਸਿਟੀ ਨੂੰ ਫੰਡ ਦਿੱਤਾ ਸੀ ਨਾ ਕਿ ਸਰਕਾਰੀ ਯੂਨੀਵਰਸਿਟੀਆਂ ਦੇ ਖਾਤੇ ਦੇ ਵਿੱਚ ਉਹ ਫੰਡ ਗਿਆ ਇਹ ਪ੍ਰਾਈਵੇਟਾਈਜੇਸ਼ਨ ਦੀ ਗੱਲ ਆਉਂਦੀ ਆ ਉਹ ਯੂਨੀਵਰਸਿਟੀ ਕੇਪੀ ਦੀ ਇਹ ਤਾਂ ਟੋਕਣਾ ਚਾਹੂੰਗਾ ਮਾਫ ਕਰਿਓ ਮੈਂ ਇਹ ਗੱਲ ਟੋਕਣਾ ਚਾਹੂੰਗਾ ਜੀਓ ਯੂਨੀਵਰਸਿਟੀ ਨੂੰ ਕਿਸੇ ਨੇ ਫੰਡ ਨਹੀਂ ਦਿੱਤਾ ਇੱਕ ਮਿੰਟ ਆਪਾਂ ਇੱਕ ਇੱਕ ਕਰਕੇ ਪੁਆਇੰਟ ਲਈਏ ਪਲੀਜ਼ ਇਹਦਾ ਨਾ ਕਰੋ ਮਾਲਕ ਨੇ ਜੀਓ ਯੂਨੀਵਰਸਿਟੀ ਨੂੰ ਜੀਓ ਯੂਨੀਵਰਸਿਟੀ ਦੇ ਮਾਲਕ ਨੇ 1000 ਕਰੋੜ ਰੁਪਏ ਤੁਹਾਡੀ ਗੱਲ ਨਹੀਂ ਪਹੁੰਚ ਪਾਉਗੀ ਇਹਦਾ ਨਾ ਕਰੋ ਇੱਕ ਦੂਜੇ ਨੂੰ ਕ੍ਰਾਸ ਨਾ ਕਰੋ ਪਲੀਜ਼ ਮੈਂ ਵਾਰ ਵਾਰ ਮੇਲਾ ਤੇ ਇਹੀ ਗੱਲ ਕਹਿੰਦਾ ਰਹੂੰਗਾ ਗੱਲ ਸੁਣੋ ਤੇ ਇੰਨਾ ਇੰਟੋਲਰੈਂਟ ਨਾ ਹੋਵੋ ਇੰਨਾ ਇੰਟੋਲਰੈਂਟ ਨਾ ਹੋਵੋ 2 ਮਿੰਟ ਗੱਲ ਸੁਣਨ ਦੀ ਸ਼ਮਤਾ ਰੱਖੋ ਪਹਿਲੀ ਗੱਲ ਤਾਂ ਜੀਓ ਯੂਨੀਵਰਸਿਟੀ ਨੂੰ ਕਿਸੇ ਸਰਕਾਰ ਨੇ ਕਿਤੇ ਫੰਡ ਨਹੀਂ ਦਿੱਤਾ ਜੀਓ ਯੂਨੀਵਰਸਿਟੀ ਦੇ ਮਾਲਕ ਨੇ ਇੰਟਰੋਡਿਊਸ ਕੀਤਾ ਕਿ ਅਸੀਂ 1000 ਕਰੋੜ ਰੁਪਏ ਇੱਕ ਜੀਓ ਯੂਨੀਵਰਸਿਟੀ ਚ ਇਨਵੈਸਟ ਕਰਾਂਗੇ ਤਾਂ ਸਰਕਾਰ ਨੇ ਉਹ ਤੇ ਇੰਟਰੋਡਿਊਸ ਕੀਤਾ ਕਿ ਜੇ ਕੋਈ ਹੋਰ ਵੀ ਕਰਨਾ ਚਾਹੇ ਤੂੰ ਸੈਟ ਅ ਪਾਰਟਿਕੂਲਰ ਐਗਜ਼ਾਮਪਲ ਅਸੀਂ ਉਸ ਯੂਨੀਵਰਸਿਟੀ ਨੂੰ ਐਮੀਨੈਂਟਸ ਦਾ ਦਰਜਾ ਦਵਾਂਗੇ ਗੱਲ ਇਹ ਹੋਈ ਆ ਤੁਸੀਂ ਮਿਸਕੈਲਕੂਲੇਟਡ ਹੋ ਠੀਕ ਹੈ ਤੁਹਾਡਾ ਤੁਹਾਡਾ ਆਰਗੂਮੈਂਟ ਆ ਗਿਆ ਨਹੀਂ ਉਹਨਾਂ ਨੂੰ ਐਮੀਨੈਂਟ ਬਣਾ ਲਓ ਨਾ ਹੁਣ ਪੰਜਾਬ ਯੂਨੀਵਰਸਿਟੀ ਹੈ ਇੱਥੇ ਜਵਾਕਾਂ ਨੂੰ ਕਹਿ ਰਹੇ ਪੀਸਾ ਕਰੋ ਚਿਰਾਂਸ਼ੂ ਇੱਕ ਮਿੰਟ ਪਲੀਜ਼ ਤੁਸੀਂ ਗੱਲ ਨੂੰ ਵਾਪਸ ਲਓ ਮੈਂ ਸੁਣੂਗਾ ਮੈਂ ਬੈਠਾ ਤੁਸੀਂ ਗੱਲ ਨੂੰ ਵਾਪਸ ਲਓ ਕਿ ਮੈਂ ਗੱਲ ਨੂੰ ਮਿਸਕੋਟ ਕੀਤਾ ਯੂਨੀਵਰਸਿਟੀ ਨੂੰ ਤੁਹਾਡੀ ਸਰਕਾਰ ਕਹਿੰਦੀ ਹੈ ਵੀ ਚਲੋ ਅਸੀਂ ਲੋਕਾਂ ਦੇ ਲਈ ਦੇਖਦੇ ਹਾਂ ਹੁਣ ਇਸ ਵੇਲੇ ਯੂਨੀਵਰਸਿਟੀ ਦੀ ਸਟਰੈਂਥ ਆ ਜਿੰਨੀ ਲੋਕਾਂ ਦੇ ਘਰਾਂ ਦੇ ਵਿੱਚ ਖਾਣ ਲਈ ਪੈਸੇ ਹੈ ਨਹੀਂ ਯੂਨੀਵਰਸਿਟੀ ਦੀਆਂ ਫੀਸਾਂ ਕਿੱਥੋਂ ਭਰਨ ਫੀਸਾਂ ਸਾਹਮਣੇ ਆਈਆਂ ਪਈਆਂ ਨੇ ਦੂਜਾ ਸਰਕਾਰ ਵੱਲੋਂ ਕਿਹੜੀ ਰਾਹਤ ਕੋਸ਼ ਜਿਹੜਾ ਫੰਡ ਜਾਰੀ ਹੋਇਆ ਵਾ ਯੂਨੀਵਰਸਿਟੀਆਂ ਦੇ ਲਈ ਤੁਸੀਂ ਇਹ ਦੱਸੋ ਵੀ ਹੁਣ ਜਿਹੜੀਆਂ ਸੈਲਰੀਆਂ ਨੇ ਸਿੱਧਾ ਸਿੱਧਾ ਨੌਜਵਾਨਾਂ ਤੋਂ ਫੀਸਾਂ ਵਧਾ ਕੇ ਭਰਮਾਈਆਂ ਜਾ ਰਹੀਆਂ ਨੇ ਸਰਕਾਰੀ ਯੂਨੀਵਰਸਿਟੀਆਂ ਦਾ ਮਤਲਬ ਹੁੰਦਾ ਵੀ ਉਹ ਸਰਕਾਰ ਉਹਦਾ ਪੈਸਾ ਚੱਕੇ ਸਾਰਾ ਖਰਚਾ ਚੱਕੇ ਨਾ ਕਿ ਵਿਦਿਆਰਥੀਆਂ ਦੇ ਸਿਰ ਤੇ ਬੋਝ ਪਾ ਦਿੱਤਾ ਹੋਵੇ ਅਕਸ਼ੇ ਇੱਕ ਮਿੰਟ ਪਲੀਜ਼ ਬ੍ਰੇਕ ਲੈ ਲਵਾਂ ਮੈਂ ਥੋੜ੍ਹਾ ਬ੍ਰੇਕ ਲੈ ਕੇ ਵਾਪਸ ਆਵਾਂਗੇ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਇਹਨਾਂ ਦੇ ਸਵਾਲਾਂ ਨੂੰ ਐਡਰੈਸ ਕਰ ਸਕੀਏ ਜਿਹੜੇ ਯੂਥ ਦੇ ਸਵਾਲ ਹੈਗੇ ਆ ਸਵਾਲ ਇਹ ਹੈਗਾ ਕਿ 31 ਡੇਜ਼ ਆਫ ਯੂਥ ਇੱਕ ਕੰਪੇਨ ਵੀ ਚੱਲ ਰਹੀ ਹੈ ਸੋਸ਼ਲ ਮੀਡੀਆ 'ਤੇ ਇਸ ਕੰਪੇਨ ਦਾ ਮਕਸਦ ਕੀ ਹੈਗਾ ਇਸ ਤੋਂ ਸਮਝਿਆ ਕੀ ਜਾਵੇ ਯੂਥ ਆ ਜਿਹੜਾ ਉਹ ਕਿਸ ਤਰੀਕੇ ਨਾਲ ਅੱਗੇ ਵੱਧ ਰਿਹਾ ਭਾਰਤ ਦੀ ਸਿਆਸਤ ਦੇ ਵਿੱਚ ਅਸੀਂ ਜਦੋਂ ਗੱਲ ਕਰਦੇ ਹਾਂ ਰੋਡ ਮੈਪ ਕਿਹੜਾ ਯੂਥ ਅੱਗੇ ਇੱਥੇ ਯੂਥ ਸਵਾਲ ਇਹ ਕਰਦਾ ਪਿਆ ਹੈਗਾ ਸਾਨੂੰ ਪੂਰੇ ਮੌਕੇ ਨਹੀਂ ਮਿਲਦੇ ਪਏ ਵੈਟਰਨ ਪਲੇਅਰ ਆ ਜਿਹੜੇ ਉਹ ਕੁਰਸੀ ਛੱਡਦੇ ਨਹੀਂ ਪਏ ਜਦੋਂ ਉਹਨਾਂ ਲਈ ਮੌਕੇ ਤਿਆਰ ਹੋਣਗੇ ਉਹ ਤਿੱਕਰ ਉਹ ਵੀ ਬਜ਼ੁਰਗ ਹੋ ਜਾਣਗੇ ਸਵਾਲ ਇਹ ਵੀ ਹੈਗਾ ਯੂਥ ਅਸੀਂ ਮੰਨਦੇ ਕਿਹਨੂੰ ਹੈਗੇ ਬ੍ਰੇਕ ਤੋਂ ਵਾਪਸ ਆ ਕੇ ਇਸੇ ਯੂਥ ਨੂੰ ਪੁੱਛੂੰਗਾ ਯੂਥ ਕਿੰਨੀ ਉਮਰ ਤੱਕ ਹੁੰਦਾ ਬੜਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਦੁਨੀਆ ਦੀ ਸਭ ਤੋਂ ਵੱਧ ਨੌਜਵਾਨ ਆਬਾਦੀ ਲਈ ਭਾਰਤੀ ਸਿਆਸਤ ਕੋਲ ਕਿਹੜਾ ਰੋਡ ਮੈਪ ਹੈ ਅਕਸ਼ੇ ਤੁਹਾਡੇ ਤੋਂ ਆਗਾਜ਼ ਕਰਨਾ ਚਾਹੂੰਗਾ ਮੈਂ ਇਸ ਸੈਗਮੈਂਟ ਦਾ ਅਕਸ਼ੇ ਯੂਥ ਕਿੰਨੀ ਉਮਰ ਤੱਕ ਹੁੰਦਾ ਮੈਨੂੰ ਹਜੇ ਤੱਕ ਇਹ ਨਹੀਂ ਸਮਝ ਆਇਆ ਖਾਸ ਕਰਕੇ ਤੁਹਾਡੀ ਤੁਹਾਡੀ ਪਾਰਟੀ ਦੇ ਵਿੱਚ ਯੂਥ ਦਾ ਮੈਨੂੰ ਮਤਲਬ ਨਹੀਂ ਸਮਝ ਆਉਂਦਾ ਪਿਆ ਸਾਡੀ ਪਾਰਟੀ ਸਰ 18 ਸਾਲ ਤੋਂ ਲੈ ਕੇ 35 ਸਾਲ ਤੱਕ ਯੂਥ ਮੰਨਦੀ ਹੈ ਸਰ ਉਸ ਚੀਜ਼ ਦੇ ਵਿੱਚ ਸਾਡੀ ਅਲੱਗ ਅਲੱਗ ਇਕਾਈਆਂ ਵੰਡੀਆਂ ਗਈਆਂ ਭਾਵੇਂ ਐਨਐਸਯੂ ਆਈ ਆ ਉਹ ਅਸੀਂ ਉਹਨੂੰ 28 ਸਾਲ ਤੱਕ ਦਿੰਦੇ ਹਾਂ 28 ਤੋਂ ਬਾਅਦ 35 ਸਾਲ ਤੱਕ ਸਾਡੀ ਯੂਥ ਕਾਂਗਰਸ ਦੇ ਵਿੱਚ ਚੱਲਦਾ ਸਰ ਤੁਹਾਡੇ ਅਕਸ਼ੇ ਮੈਂ ਜੇ ਤੁਹਾਡੀ ਪਾਰਟੀ ਦਾ ਜ਼ਿਕਰ ਕਰਾਂ ਅਕਸ਼ੇ ਅਸੀਂ ਤੁਹਾਡੀ ਪਾਰਟੀ ਦਾ ਜ਼ਿਕਰ ਕਰਾਂ ਇੱਕ ਮਿੰਟ ਪਲੀਜ਼ ਅਕਸ਼ੇ ਸੰਘਰਸ਼ ਦੀ ਗੱਲ ਕਰਦੇ ਨੇ
ਇਸ ਸੰਘਰਸ਼ ਦੇ ਵਿੱਚ ਗੱਲ ਕਰਦੇ ਨੇ ਵੀ ਕਿਹੜਾ ਸੰਘਰਸ਼ ਤੁਸੀਂ ਕੀ ਕੀਤਾ, ਕਰੋਨਾ ਚੱਲ ਰਿਹਾ ਸੀਗਾ, ਕੋਵਿਡ-19 ਚੱਲ ਰਿਹਾ ਸੀਗਾ, ਵਿਦਿਆਰਥੀ ਫਸੇ ਬੈਠੇ ਸੀਗੇ, ਉਹ ਵਿਦਿਆਰਥੀ ਫਸੇ ਬੈਠੇ ਪੰਜਾਬ ਦੇ ਵਿੱਚ, ਕਿੰਨੇ ਵਿਦਿਆਰਥੀ ਜੰਮੂ ਕਸ਼ਮੀਰ ਦੇ ਨੇ ਉਹ ਇੱਥੇ ਫਸੇ ਬੈਠੇ ਸੀ, ਕਦੋਂ ਤੁਹਾਡੀ ਪਾਰਟੀ ABBP ਆਈ ਉਹਨਾਂ ਵਿਦਿਆਰਥੀਆਂ ਤੱਕ ਰਾਸ਼ਨ ਪਹੁੰਚਾਇਆ ਜਾਂ ਉਹਨਾਂ ਵਿਦਿਆਰਥੀਆਂ ਨੂੰ ਉਹਨਾਂ ਦੇ ਹੋਮ ਟਾਊਨ ਤੱਕ ਪਹੁੰਚਾਇਆ, ਉਹਨਾਂ ਦੀ ਸਿਫਤ ਸਲਾਹ ਪੁੱਛੀ, ਵਿਦਿਆਰਥੀ ਪ੍ਰਮੋਸ਼ਨ ਦੇ ਲਈ ਵਿਦਿਆਰਥੀ ਵਿਦਆਊਟ ਐਗਜ਼ਾਮ ਪ੍ਰਮੋਟ ਹੋਣਾ ਚਾਹੁੰਦੇ ਸੀਗੇ, ਕਦੋਂ ABBP ਅੱਗੇ ਆਈ, ਕਦੋਂ ABBP ਨੇ ਇਸ ਮੰਗ ਦਾ ਸਾਥ ਦਿੱਤਾ, ਵਿਦਿਆਰਥੀ ਅੱਜ ਫੀਸਾਂ ਨੂੰ ਕਹਿ ਰਹੇ ਨੇ, ਬੱਚਿਆਂ ਨੂੰ ਤੰਗ ਕੀਤਾ ਜਾ ਰਿਹਾ ਹੈ, ਸਾਡੀਆਂ ਸੈਂਟਰਲ ਯੂਨੀਵਰਸਿਟੀਆਂ ਨੇ, ਚਲੋ ਠੀਕ ਹੈ ਅਕਸ਼ੇ ਤੁਹਾਡਾ ਪੁਆਇੰਟ ਆ ਗਿਆ, ਅਕਸ਼ੇ ਤੁਹਾਡਾ ਪੁਆਇੰਟ ਆ ਗਿਆ, ਸੰਘਰਸ਼ ਦੀ ਗੱਲ ਕਰਦੇ ਆ, ਉਦੋਂ ABBP ਕਿੱਥੇ ਸੀ ਜਦੋਂ ਕੋਰੋਨਾ ਚੱਲਦਾ ਸੀਗਾ, ਕੀ ਇਹ ABBP ਨੂੰ ਉਦੋਂ ਯਾਦ ਨਹੀਂ ਆਇਆ ਕਿ ਅਸੀਂ ਆਪਣੇ ਵਿਦਿਆਰਥੀਆਂ ਦੀ ਮਦਦ ਕਰਨੀ ਹੈ, ਕਿ ਆਪਾਂ ਕਿਉਂ ਵਿਤਕਰਾ ਕਰਦੇ ਹਾਂ J&K ਦੇ ਵਿਦਿਆਰਥੀਆਂ ਦੇ ਨਾਲ, ABBP ਪੰਜਾਬ ਦੀ ਉਦੋਂ ਕਿੱਥੇ ਸੀਗੀ? ₹15,40,000 ਇਸ ABBP ਨੇ ਜਮ੍ਹਾਂ ਕਰਾਇਆ ਸਰ, ਉਹਨੇ ਇੰਟਰਪਟ ਨਾ ਕਰੇ, ਦੋ ਮਿੰਟ ਸੁਣਨ ਦੀ ਮਾਨਸਿਕਤਾ ਰੱਖੇ, ਖਾਣਾ ਪਹੁੰਚਾਇਆ ਕੋਵਿਡ ਦੇ ਟਾਈਮ, ਸਰਕਾਰ ਤੋਂ ਪਰਮਿਸ਼ਨ ਲੈ ਕੇ, ਤੁਹਾਡੀ ਕੈਪਟਨ ਸਰਕਾਰ ਨੂੰ ਲਿਖ ਕੇ ABBP ਤੋਂ ਮੇਲ ਗਈ ਵਾਲੰਟੀਅਰਸ ਦੇ ਨਾਮ ਦੇ ਕੇ ਪੰਜਾਬ ਦੇ ਹਰ ਜ਼ਿਲ੍ਹੇ ਚੋਂ, ਕਿ ਇਹ ਸਟੂਡੈਂਟਸ ਇਸ ਟਾਈਮ ਵਾਲੰਟੀਅਰਾਈਜ਼ ਕਰਨ ਨੂੰ ਤਿਆਰ ਹੈ, ਤੁਹਾਡੇ ਜੋ OSD ਦਾ ਜਵਾਬ ਸਾਨੂੰ ਪਲਟ ਕੇ ਇਹ ਆਉਂਦਾ ਕਿ ਤੁਸੀਂ ਅਜੇ ਹੋਲਡ ਤੇ ਰਹੋ, ਸਾਡੇ ਕੋਲ ਸਟੇਟ ਕੋਲ ਇਫੈਕਟਿਵ ਮਸ਼ੀਨਰੀ ਬਹੁਤ ਹੈਗੀ ਹੈ, ਤੇ ਉਹਦੇ ਵਿੱਚ ਅਸੀਂ ਕੀ ਦੇਖਿਆ ਕਿ ਜਿਹੜਾ ਰਾਸ਼ਨ ਸੈਂਟਰ ਸਰਕਾਰ ਤੋਂ ਆਇਆ ਉਹ ਵੀ ਤੁਹਾਡੇ ਬੰਦੇ ਆਪ ਖਾ ਗਏ, ਉਹ ਗਰੀਬ ਤੱਕ ਨਹੀਂ ਪਹੁੰਚਿਆ, ਹੁਣ ਰਹੀ ਗੱਲ ਸਟੂਡੈਂਟਸ ਦੀ, JK ਤੋਂ ਇਲਾਵਾ ਰਾਜਸਥਾਨ ਦੇ, ਮੇਰੇ ਵੀਰ ਦੋ ਮਿੰਟ ਸੁਣਨ ਦੀ ਮਾਨਸਿਕਤਾ ਰੱਖ ਮੇਰੇ ਭਰਾ, ਰਾਜਸਥਾਨ ਦੇ, ਜੰਮੂ ਕਸ਼ਮੀਰ ਦੇ, ਉਹ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਸਟੂਡੈਂਟਸ, ਚੰਡੀਗੜ੍ਹ ਵਰਗੇ ਸ਼ਹਿਰ ਚ PG ਜਿੱਥੇ ਕਲਚਰ ਬਹੁਤ ਹੈ, ਅੰਮ੍ਰਿਤਸਰ ਵਰਗੇ ਸ਼ਹਿਰ ਜਿੱਥੇ ਮੈਡੀਕਲ ਸਟੂਡੈਂਟਸ ਬਹੁਤ ਹੈ, ਉੱਥੇ ਜਾ ਕੇ ਲਿਸਟਾਂ ਤੁਹਾਨੂੰ ਇਸ ਚੈਨਲ ਤੇ ਦੇਣ ਨੂੰ ਤਿਆਰ ਹੈ, ਕਿੰਨੇ ਸਟੂਡੈਂਟਸ ਨੂੰ ABBP ਨੇ ਕਿੰਨੇ ਦਿਨ ਆਪਣੇ ਆਫਿਸਿਸ, ਆਪਣੇ ਨੀਅਰ ਡੀਅਰ ਵੰਸ ਦੇ ਵਿੱਚ, ਆਪਣੇ ਰਿਲੇਟਿਵਸ ਦੇ ਨਾਲ ਰੁਕਵਾਇਆ, ਤੇ ਸਟੂਡੈਂਟਸ ਨੂੰ ਇਨਕਨਵੀਨੀਅੰਸ ਨਹੀਂ ਹੋਣ ਦਿੱਤੀ ਹੈਗੀ। ਹੁਣ ਤੁਸੀਂ ਗੱਲ ਕਰਦੇ ਹੋ ਕਿ ਸੰਘਰਸ਼ ਦੀ ਜਾਂ ਫੀਸਾਂ ਲਿੱਤੀਆਂ ਜਾ ਰਹੀਆਂ, ਪੰਜਾਬ ਯੂਨੀਵਰਸਿਟੀ ਦੇ ਵਿੱਚ 9ਵਾਂ ਦਿਨ ਅੱਜ ABBP ਹੰਗਰ ਸਟ੍ਰਾਈਕ ਇਨਡੈਫੀਨੇਟ ਸਟ੍ਰਾਈਕ ਤੇ ਬੈਠੀ ਹੈ, 9ਵਾਂ ਦਿਨ ਅੱਜ ABBP ਦੇ ਘਰ ਨੂੰ ਘੇਰ ਕੇ ਬੈਠੀ ਹੈ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਜਿੱਥੇ ਤੁਸੀਂ ਰਹਿੰਦੇ ਹੋ, ਉੱਥੇ ABBP 3 ਦਿਨ ਹੋ ਗਏ ਹੜਤਾਲ ਤੇ ਬੈਠੀ ਹੈ ਕਿ ਸਟੂਡੈਂਟਸ ਤੋਂ ਫੀਸਾਂ ਨਹੀਂ ਲਿੱਤੀਆਂ ਜਾਣੀਆਂ ਚਾਹੀਦੀਆਂ। ਬੋਲੋ। ਹਾਂਜੀ, ਜਿਵੇਂ ਇਹਨਾਂ ਨੇ PM ਕੇਅਰਸ ਫੰਡ ਦੀ ਗੱਲ ਕੀਤੀ, ਮੈਨੂੰ ਲੱਗਦਾ ਸਭ ਤੋਂ ਵੱਡਾ ਸਕੈਮ ਤਾਂ ਇਹੀ ਆ ਜਿਹਦੇ ਉੱਤੇ RTI ਨਹੀਂ ਹੋ ਰਹੀ, ਜਿਹਦਾ ਸਾਹਮਣੇ ਨਹੀਂ ਆ ਰਿਹਾ ਵੀ ਫੰਡ ਗਿਆ ਕਿੱਥੇ, ਖਾ ਗਿਆ ਕੌਣ, ਕਿੱਧਰ ਨੂੰ ਚਲਿਆ ਗਿਆ, ਸਾਡੇ ਕੋਲ ਤਾਂ ਆਸ-ਪਾਸ ਪਹੁੰਚਿਆ ਨਹੀਂ। ਜਿੰਨਿਆਂ ਨੂੰ ਮੈਂ ਜਾਣਦੀ ਹਾਂ ਲੁਧਿਆਣੇ ਤੋਂ ਲੈ ਕੇ ਚੰਡੀਗੜ੍ਹ, ਬਹੁਤ ਸਾਰੇ ਇਹੋ ਜਿਹੇ ਮਜ਼ਦੂਰ ਇਲਾਕੇ ਨੇ, ਉਹ ਮਜ਼ਦੂਰ ਇਲਾਕਿਆਂ ਦੇ ਵਿੱਚ ਪਹਿਲਾ ਜਿਹੜਾ ਸਰਕਾਰੀ ਰਾਸ਼ਨ ਆ ਉਹ 1 ਮਈ ਨੂੰ ਪਹੁੰਚਿਆ, ਉਹ ਵੀ ਸਿਰਫ ਉਹਨਾਂ ਲੋਕਾਂ ਦੇ ਕੋਲ ਜਿਨ੍ਹਾਂ ਦੇ ਕੋਲ ਰਾਸ਼ਨ ਕਾਰਡ ਬਣੇ ਹੋਏ ਸੀ, ਤੇ ਇਸ ਗੱਲ ਤੋਂ ਸਾਰੇ ਜਾਣੂ ਨੇ ਵੀ 80% ਆਬਾਦੀ ਆ ਜਿਹੜੀ ਪ੍ਰਵਾਸੀ, ਉਹਨਾਂ ਦੇ ਰਾਸ਼ਨ ਕਾਰਡ ਨਹੀਂ ਬਣੇ ਹੁੰਦੇ। ਅਸੀਂ ਆਪ ਉੱਥੇ ਮਜ਼ਦੂਰ ਇਲਾਕੇ ਦੇ ਵਿੱਚ ਕੰਮ ਕਰਦੇ ਹਾਂ, ਤੇ ਉੱਥੇ ਰਾਸ਼ਨ ਕਿਹਨੇ ਦਿੱਤਾ? ਉੱਥੇ ਉਹ ਲੋਕ ਜਿਹੜੇ ਲੋਕਾਂ ਦੀ ਬਾਂਹ ਫੜ ਕੇ, ਜਿਨ੍ਹਾਂ ਨੇ ਪੰਜਾਬ 'ਚ ਹੜ੍ਹ ਆਏ ਸੀ ਉਦੋਂ ਲੋਕਾਂ ਦੀ ਬਾਂਹ ਫੜ ਕੇ ਉਹਨਾਂ ਦੇ ਲਈ ਖੜੇ ਸੀਗੇ, ਤੇ ਇਸੇ ਸਮਿਆਂ ਦੇ ਵਿੱਚ ਵੀ ਲੋਕਾਂ ਨੇ ਹੀ ਲੋਕ ਹੀ ਲੋਕਾਂ ਦਾ ਸਹਾਰਾ ਬਣੇ ਨੇ, ਕਈ ਹਜ਼ਾਰਾਂ ਤੋਂ ਕਈ ਡੋਨੇਸ਼ਨਾਂ ਲੋਕਾਂ ਨੇ ਦੇ ਦੇ ਕੇ ਉਹਨਾਂ ਲੋਕਾਂ ਦੇ ਵਿੱਚ ਘਰਾਂ ਦੇ ਵਿੱਚ ਫੰਡ ਰਾਸ਼ਨ ਪਹੁੰਚਾਇਆ। ਲੋਕ ਨੇ ਜਿਹੜੇ ਉਹ ਸੜਕਾਂ ਤੇ ਆਪਦੇ ਘਰਾਂ ਨੂੰ ਪੈਦਲ ਜਾਂਦੇ ਹੋਏ ਮਰ ਗਏ, ਅਮਨਦੀਪ ਸਰਕਾਰ ਵੱਲੋਂ ਇੱਥੇ ਕੁਝ ਨਹੀਂ ਕੀਤਾ ਗਿਆ। ਅਮਨਦੀਪ ਤੁਹਾਡਾ ਆਰਗੂਮੈਂਟ ਆ ਗਿਆ, ਇੱਕ ਸਵਾਲ ਜਿਹੜਾ ਅਮਨਦੀਪ ਪਿਛਲੇ ਸੈਗਮੈਂਟ ਦਾ ਬਾਕੀ ਰਹਿ ਗਿਆ ਸੀਗਾ, ਐਜੂਕੇਸ਼ਨ ਤੋਂ ਇੰਪਲਾਈਮੈਂਟ ਵਾਲਾ, ਉਸ ਸਵਾਲ ਦਾ ਜਵਾਬ ਮੈਂ ਤੁਹਾਡੇ ਤੋਂ ਜ਼ਰੂਰ ਚਾਹੁੰਦਾ। ਨਹੀਂ ਬਿਲਕੁਲ, ਐਜੂਕੇਸ਼ਨ ਜਿੰਨਾ ਮੈਂ ਉਹੀ ਗੱਲ ਨਾ, ਦੋ ਚੀਜ਼ਾਂ ਨੇ, ਇੱਕ ਤਾਂ ਇਹ ਵੀ ਅੱਜ ਪੜ੍ਹਾਈ ਜਿਨ੍ਹਾਂ ਨੂੰ ਹੋ ਰਹੀ ਹੈ ਉਹਨਾਂ ਨੂੰ ਅੱਗੇ ਨੌਕਰੀਆਂ ਨਹੀਂ ਮਿਲ ਰਹੀਆਂ, ਸਰਕਾਰੀ ਨੌਕਰੀਆਂ ਇੱਕ ਤੋਂ ਬਾਅਦ ਇੱਕ ਖਤਮ ਹੋ ਰਿਹਾ, ਰੇਲਵੇ ਹੈ ਹੁਣ, ਨਿੱਜੀਕਰਨ ਹੋ ਰਿਹਾ, ਉਹਦਾ ਕਿੱਥੇ ਨੌਕਰੀਆਂ ਮਿਲਣਗੀਆਂ ਨੌਜਵਾਨਾਂ ਨੂੰ? ਦੂਸਰੀ ਗੱਲ ਵੀ ਪਹਿਲਾਂ ਤਾਂ ਨੌਕਰੀਆਂ ਜਿਹੜੇ ਪੜ੍ਹੇ ਲਿਖੇ ਉਹਨਾਂ ਨੂੰ ਨਹੀਂ ਮਿਲਦੀਆਂ, ਹੁਣ ਤਾਂ ਪੜ੍ਹਾਈਆਂ ਹੀ ਨਹੀਂ ਪੂਰੀਆਂ ਹੋ ਰਹੀਆਂ, ਤੁਸੀਂ ਪੜ੍ਹ ਹੀ ਨਹੀਂ ਸਕਦੇ, ਇੰਨੀਆਂ ਜ਼ਿਆਦਾ ਫੀਸਾਂ ਕਾਲਜਾਂ ਯੂਨੀਵਰਸਿਟੀਆਂ ਦੀਆਂ ਹੋ ਚੁੱਕੀਆਂ ਨੇ ਵੀ ਇੱਕ ਆਮ ਨੌਜਵਾਨ ਜਿਹੜਾ ਸੁਪਨੇ ਨਹੀਂ ਲੈ ਸਕਦਾ।
ਤਾਂ ਇੰਪਲੋਇਮੈਂਟ ਆ ਜਿਹੜੀ ਉਹ ਬਿਲਕੁਲ ਖਤਮ ਹੋ ਰਹੀ ਹੈ, ਐਵੇਂ ਨਹੀਂ ਪੰਜਾਬ ਦੀ ਅੱਧੀ ਤੋਂ ਵੱਧ ਨੌਜਵਾਨ ਪੀੜ੍ਹੀ ਉਹ ਬਾਹਰਲੇ ਦੇਸ਼ਾਂ ਨੂੰ ਡੌਂਕੀਆਂ ਲਾ ਕੇ ਜਾਂਦੀ ਹੈ, 30-40 ਲੱਖ ਰੁਪਏ ਲਾ ਕੇ ਜਾ ਰਹੀ ਹੈ। ਇੰਨਾ ਹੀ ਤੁਹਾਡੀਆਂ ਸਰਕਾਰਾਂ ਕੁਛ ਕਰ ਰਹੀਆਂ ਨੇ, ਮੈਂ ਦੋਨਾਂ ਨੂੰ ਕਹਾਂਗੀ, ਨਾ ਕਾਂਗਰਸ ਸਰਕਾਰ ਕੁਛ ਕਰਦੀ ਹੈ ਨਾ ਹੀ ਭਾਜਪਾ ਸਰਕਾਰ। ਇਹਨਾਂ ਦਾ ਕੰਮ ਸਿਰਫ ਇਹੀ ਹੈ ਵੀ ਗੁੰਡੇ ਗਰੋਹ ਪਾਲਣੇ ਆ। ਉਹ ਨੌਜਵਾਨ ਪੀੜ੍ਹੀ ਜਿਹਨੂੰ ਸਹੀ ਦਿਸ਼ਾ ਤੇ ਲਾਉਣਾ ਚਾਹੀਦਾ, ਉਹਨੂੰ ਗੁੰਡਿਆਂ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ ਤੇ ਆਪਦੀਆਂ ਵੋਟਾਂ ਵੇਲੇ, ਨਸ਼ਿਆਂ ਵੰਡਣ ਵੇਲੇ ਜਾਂ ਆਪਣੇ ਕੰਮਾਂ ਨੂੰ ਪੂਰਾ ਕਰਨ ਦੇ ਵੇਲੇ ਉਸੇ ਨੌਜਵਾਨ ਪੀੜ੍ਹੀ ਦਾ ਸਹਾਰਾ ਲਿਆ ਜਾਂਦਾ। ਇਹੀ ਤੁਸੀਂ ਦਿਸ਼ਾ ਨੌਜਵਾਨ ਪੀੜ੍ਹੀ ਨੂੰ ਦੇ ਰਹੇ ਹੋ, ਨਾ ਕਿ ਇਲਜ਼ਾਮ ਲਾ ਰਹੇ ਹੋ ਤੁਸੀਂ ਅਮਨਦੀਪ। ਪੱਗ ਸਰਾਬੇ ਜਿਹੜੇ ਉਹਨਾਂ ਦੀ ਵਿਰਾਸਤ ਆ ਉਹ ਨੌਜਵਾਨ ਤੱਕ ਲੈ ਕੇ ਜਾਈਏ, ਇਹ ਅੱਜ ਦੀ ਨੌਜਵਾਨ ਪੀੜ੍ਹੀ ਦਾ ਕੰਮ ਬਣਨਾ ਚਾਹੀਦਾ। ਅਮਨਦੀਪ ਬਹੁਤ ਵੱਡਾ ਇਲਜ਼ਾਮ ਤੁਸੀਂ ਲਾ ਰਹੇ ਹੋ। ਅਕਸ਼ੇ ਸ਼ਰਮਾ ਬਹੁਤ ਵੱਡਾ ਇਲਜ਼ਾਮ ਲਾਇਆ ਕਿ ਦੋਨੋਂ ਜਿਹੜੀਆਂ ਵੱਡੀਆਂ ਧਿਰਾਂ ਹੈਗੀਆਂ ਉਹ ਯੂਥ ਨੂੰ ਡਰੱਗਸ ਵੱਲ ਲਾ ਰਹੀਆਂ, ਨਸ਼ੇ ਵੱਲ ਲਾ ਰਹੀਆਂ। ਇਹ ਅਮਨਦੀਪ ਦਾ ਇਲਜ਼ਾਮ ਹੈ, ਇਹਦਾ ਕੋਈ ਤੁਹਾਡੇ ਕੋਲ ਕੋਈ ਜਵਾਬ ਹੈਗਾ ਅਕਸ਼ੇ? ਦੇਖੋ ਮੇਰੀ ਭੈਣ ਨੂੰ ਮੇਰਾ ਇਹੀ ਕਹਿਣਾ ਹੈ ਵੀ ਐਸਾ ਕਿਹੜਾ ਕੰਮ ਕਰਤਾ ਜਾਂ ਤੁਸੀਂ ਐਸਾ ਕਿਹੜਾ ਇਹ ਚੀਜ਼ ਤੁਸੀਂ ਦੇਖ ਕੇ ਕਹਿਤਾ। ਇਹ ਬਹੁਤ ਵੱਡੀ ਚੀਜ਼ ਤੁਸੀਂ ਕਹਿਤੀ ਹੈ ਵੀ ਪਾਰਟੀ ਉਹਨੂੰ ਗੁੰਡਿਆਂ ਵੱਲ ਨੂੰ ਲੈ ਕੇ ਜਾਂਦੀ ਹੈ, ਗੁੰਡੇ ਗਰੋਹ ਪੈਦਾ ਕਰਦੀ ਹੈ। ਇਹ ਕੰਮ ਸਿਰਫ ਤੇ ਸਿਰਫ ਪੈਦਾ ਕਰਨੇ ABVP ਤੇ BJP ਦਾ ਕੰਮ ਹੈ। ਭਾਵੇਂ ਤੁਸੀਂ ਜਾਮੀਆਂ ਦੇਖ ਲਓ, ਭਾਵੇਂ JNU ਦੇਖ ਲਓ, ਇਹਨਾਂ ਦੇ ਹੀ ਪੈਦਾ ਕੀਤੇ ਹੋਏ ABVP ਦੇ ਵਿਦਿਆਰਥੀ ਅੰਦਰ ਜਾ ਕੇ ਲੋਕਾਂ ਨੂੰ ਕੁੱਟਦੇ ਨੇ, ਵਿਦਿਆਰਥੀਆਂ ਨੂੰ ਕੁੱਟਦੇ ਨੇ, ਤੇ ਇਹਨਾਂ ਦੀ ਹੀ ਪੁਲਿਸ ਉੱਥੇ ਜਾ ਕੇ ਲਾਇਬ੍ਰੇਰੀ ਤੱਕ ਵੜ ਕੇ ਵਿਦਿਆਰਥੀਆਂ ਨੂੰ ਕੁੱਟਿਆ ਗਿਆ ਉਦੋਂ ਦਾ ਕੀਤਾ ਗਿਆ। ਅੱਛਾ ਤੁਹਾਡਾ ਆਰਗੂਮੈਂਟ ਹੈ। ਹਾਂ ਜਰਾਸ਼ੂ ਫਟਾਫਟ ਪਲੀਜ਼ ਇਸੇ ਸਵਾਲ ਦਾ ਜਵਾਬ। ਅਮਨਦੀਪ ਨੇ ਜੋ ਸਵਾਲ ਪੁੱਛਿਆ, ਅਮਨ ਜੀ ਦੀ ਗੱਲ ਸੁਣ ਕੇ ਤਾਂ ਮੈਨੂੰ ਲੱਗ ਰਿਹਾ ਵੀ ਇਹਨਾਂ ਦੇ ਹਿਸਾਬ ਨਾਲ ਤਾਂ ਦੇਸ਼ ਸਰਕਾਰ ਨਾਮ ਦੇ ਸਟਰਕਚਰ ਹੋਣਾ ਨਹੀਂ ਚਾਹੀਦਾ। ਜੇ ਹੋਵੇ ਤਾਂ ਕੋਈ ਸੋਸ਼ਲਿਸਟ ਕੰਗਲੇਸ਼ਨ ਹੋ ਜੇ ਤੇ ਸਰਕਾਰ ਬਣ ਜੇ, ਇਹਨਾਂ ਤਾਂ ਬਿਲਕੁਲ ਹੀ ਭਰੋਸਾ ਉੱਠਿਆ ਹੋਇਆ। ਤਾਂ ਇਹਨਾਂ ਨੂੰ ਮੈਂ ਇਹੀ ਕਹੂੰਗਾ ਕਿ ਕਮੀਆਂ ਹਰ ਪਾਸੇ ਹੁੰਦੀਆਂ। ਸਭ ਆਪਣਾ ਯੂਥ ਹੋਣ ਦੇ ਨਾਤੇ ਕੀ ਫਰਜ਼ ਆ? ਅੱਜ ਆਪਾਂ ਇੰਟਰਨੈਸ਼ਨਲ ਯੂਥ ਜਿਹੜੇ ਡਿਬੇਟ ਕਰ ਰਹੇ ਹਾਂ ABG, ਤਾਂ ਸਾਡਾ ਸਾਰਿਆਂ ਦਾ ਫਰਜ਼ ਇਹ ਆ ਵੀ ਜੋ ਕਮੀਆਂ ਨੇ, ਚਾਹੇ ਪ੍ਰਦੇਸ਼ ਸਰਕਾਰ ਦੇ ਤਾਂ ਸੈਂਟਰ ਸਰਕਾਰ ਦੀਆਂ ਕਮੀਆਂ ਕੀ ਨਹੀਂ ਹੁੰਦੀਆਂ, ਆਪਾਂ ਉਹਨਾਂ ਨੂੰ ਦੂਰ ਕਿਵੇਂ ਕਰਾਂਗੇ? ਇੱਕ ਯੂਥ ਦੀ ਜ਼ਿੰਮੇਵਾਰੀ ਕੀ ਹੈ ਕਿ ਇੱਕ ਕੰਸਟਰਕਟਿਵ ਕ੍ਰਿਟਿਸਿਜ਼ਮ ਜਨਰੇਟ ਕਰਨਾ ਸਰਕਾਰ ਦੀ ਜ਼ਿੰਮੇਵਾਰੀਆਂ ਨਾ ਕਰੋ ਥੋੜੀ ਦੇਰ ਬਾਅਦ ਇੱਦਾਂ ਕਰਲਾ ਪੈਂਦੇ ਹੋ। ਚਰਾਂਸ਼ੂ ਇੱਕ ਮਿੰਟ ਪਲੀਜ਼, ਅਕਸ਼ੇ ਆ ਰਿਹਾ ਤੁਹਾਡੇ ਕੋਲ। ਚਰਾਂਸ਼ੂ ਚਰਾਂਸ਼ੂ ਇੱਕ ਚਰਾਂਸ਼ੂ ਤੁਹਾਡੇ ਚਰਾਂਸ਼ੂ ਆਵਾਜ਼ ਪਹੁੰਚ ਰਹੀ ਮੇਰੀ? ਤੁਹਾਡੇ ਆਈਡੀਅਲ ਕੌਣ ਹੈ? ਕਿਹਨਾਂ ਨੂੰ ਤੁਸੀਂ ਮੰਨਦੇ ਹੋ ਕਿ ਇਹੋ ਜਿਹਾ? ਸਵਾਮੀ ਵਿਵੇਕਾਨੰਦ। ਅੱਛਾ ਅਕਸ਼ੇ ਤੁਹਾਡੇ ਆਈਡੀਅਲ ਕੌਣ ਨੇ? ਮੇਰੇ ਆਈਡੀਅਲ ਸਰ ਮੇਰੇ ਇਸ ਸਮੇਂ ਇੱਕ ਮਿੰਟ ਪਲੀਜ਼, ਇੱਕ ਮਿੰਟ ਪਲੀਜ਼ ਚਰਾਂਸ਼ੂ ਇੱਦਾਂ ਨਾ ਕਰੋ ਪਲੀਜ਼ ਚਰਾਂਸ਼ੂ ਇੱਦਾਂ ਨਾ ਕਰੋ। ਹਾਂ ਅਕਸ਼ੇ ਮਹਾਤਮਾ ਗਾਂਧੀ ਜੀ ਨੇ ਜੀ, ਮਹਾਤਮਾ ਗਾਂਧੀ। ਅਮਨਦੀਪ ਤੁਹਾਡੇ ਆਈਡੀਅਲ? ਸਾਡੇ ਆਈਡੀਅਲ ਤਾਂ ਇਹ ਭਗਤ ਸਿੰਘ ਨੇ, ਭਗਤ ਸਿੰਘ, ਮਹਾਤਮਾ ਗਾਂਧੀ ਤੇ ਸਵਾਮੀ ਵਿਵੇਕਾਨੰਦ। ਇੱਕ ਛੋਟਾ ਬ੍ਰੇਕ ਲੈ ਰਹੇ ਹਾਂ, ਵਾਪਸ ਆ ਰਹੇ ਹਾਂ। ਕੌਮਾਂਤਰੀ ਯੁਵਾ ਦਿਵਸ ਭਵਿੱਖ ਤੇ ਰੋਡ ਮੈਪ ਕੀ ਹੋਣਾ ਚਾਹੀਦਾ, ਜਵਾਨੀ ਅੱਗੇ ਕਿਹੜੀ ਜੰਗ ਹੈ? ਜਦੋਂ ਅਸੀਂ ਇੱਕ ਸੋਚ ਨਿਰਧਾਰਤ ਕਰਦੇ ਹਾਂ ਉਹ ਸੋਚ ਤੋਂ ਬਾਅਦ ਭਵਿੱਖ ਨਿਰਧਾਰਤ ਹੁੰਦਾ, ਭਵਿੱਖ ਦੇ ਨਾਲ ਨਾਲ ਰੋਡ ਮੈਪ ਤੁਰਦਾ, ਅਤੇ ਫਿਰ ਇਹ ਪੋਲੀਟੀਕਲ ਸਿਸਟਮ ਸਾਨੂੰ ਦੱਸਦਾ ਕਿ ਅਸੀਂ ਕਿਹਦੀ ਸੋਚ 'ਤੇ ਪਹਿਰਾ ਦੇਣਾ। ਜਦੋਂ ਇਹ ਸਵਾਲ ਸਾਡੇ ਅੱਗੇ ਆਵੇ ਤਾਂ ਫਿਰ ਇਹ ਸਵਾਲ ਪੁੱਛਣ ਲਾਜ਼ਮੀ ਹੈਗਾ ਕਿ ਸੋਸ਼ਲ ਮੀਡੀਆ ਵਾਲੀ ਕੰਪੇਨ ਆ ਜਿਹੜੀ ਉਹ ਜ਼ਮੀਨ 'ਤੇ ਕਿਵੇਂ ਦੇਖਦੀ ਹੈ, ਸੋਸ਼ਲ ਮੀਡੀਆ ਦੇ ਕੰਪੇਨ ਦੇ ਨਾਲ ਮਸਲੇ ਹੱਲ ਹੋ ਸਕਦੇ ਆ, ਜ਼ਮੀਨ 'ਤੇ ਕਿਵੇਂ ਪਹੁੰਚਿਆ ਜਾਊਗਾ, ਉੱਥੇ ਕਿਹੜੀ ਆਈਡੋਲੋਜੀ ਆ ਜਿਹੜੀ ਫਿੱਟ ਕੀਤੀ ਜਾ ਰਹੀ ਹੈ, ਸਵਾਲ ਇਹ ਵੀ ਹੋਣਾ ਚਾਹੀਦਾ। ਬ੍ਰੇਕ ਤੋਂ ਬਾਅਦ ਵਾਪਸ ਆ ਰਹੇ ਹਾਂ, ਯੂਥ ਅੱਗੇ ਕਿਹੜਾ ਪਲਾਨ ਰੱਖਿਆ ਜਾ ਰਿਹਾ, ਆ ਰਹੇ ਹਾਂ ਵਾਪਸ। ਦੇ ਸਵਾਲ ਇੱਕ ਪੁੱਛਿਆ, ਦੁਨੀਆ ਦੀ ਸਭ ਤੋਂ ਵੱਧ ਨੌਜਵਾਨ ਆਬਾਦੀ ਲਈ ਭਾਰਤੀ ਸਿਆਸਤ ਕੋਲ ਕਿਹੜਾ ਰੋਡ ਮੈਪ ਹੈ? ਰੋਡ ਮੈਪ ਆ ਜਿਹੜਾ ਸਾਰਾ ਅਸੀਂ ਡਿਸਕਸ ਕਰ ਰਹੇ ਹਾਂ, ਅਤੇ ਇਹਨਾਂ ਨੇ ਆਪਦੇ ਆਈਡਲ ਦੱਸਦੇ ਆ। ਮੇਰਾ ਸਵਾਲ ਹੈ ਅਕਸ਼ੇ ਤੁਹਾਨੂੰ ਪਹਿਲਾਂ, ਜਦੋਂ ਮਹਾਤਮਾ ਗਾਂਧੀ ਅਤੇ ਨਾਥੂਰਾਮ ਗੋਡਸੇ ਵਾਲੀ ਲੜਾਈ ਸ਼ੁਰੂ ਹੋ ਜਾਵੇ ਇਸ ਦੇਸ਼ ਦੇ ਵਿੱਚ, ਜਦੋਂ ਜੀ ਸਰ ਜਦੋਂ ਇਹੋ ਜਿਹਾ ਮਾਹੌਲ ਸ਼ੁਰੂ ਹੋ ਜਾਵੇ, ਉੱਥੇ ਤੁਸੀਂ ਸਵਾਲ ਕਰੋ ਘੱਟ ਗਿਣਤੀਆਂ ਵਾਲਾ, ਮਨਿਓਰਟੀ ਵਾਲਾ। ਮੇਰਾ ਸਵਾਲ ਹੈ ਕਿ ਸਰ ਯੂਥ ਨੂੰ ਤੁਸੀਂ ਕੀ ਦੱਸਦੇ ਹੋ? ਯੂਥ ਨੂੰ ਤੁਸੀਂ ਕੀ ਦੱਸਦੇ ਹੋ, ਸਚਿਨ ਪਾਇਲਟ ਸਿੰਧੀਆ ਵਾਲੀ ਸਿਆਸਤ ਕਰਨੀ ਹੈ ਜਾਂ ਮਹਾਤਮਾ ਗਾਂਧੀ ਵਾਲੀ ਆਈਡੋਲੋਜੀ ਜਿਹੜੀ ਜਿਹਦਾ ਤੁਸੀਂ ਜ਼ਿਕਰ ਕਰਦੇ ਹੋ ਉਹ ਕਰਨੀ ਹੈਗੀ ਹੈ? ਮੈਨੂੰ ਇਹਦਾ ਜਵਾਬ ਦੇ ਦਿਓ ਅਕਸ਼ੇ ਪਹਿਲਾਂ। ਸਰ ਅਸੀਂ ਆਈਡੀਓਲੋਜੀ ਤੇ ਮਹਾਤਮਾ ਗਾਂਧੀ ਜੀ ਵਾਲੀ ਦੱਸਦੇ ਹਾਂ ਤੇ ਯੂਥ ਨੂੰ ਅੱਗੇ ਲੈ ਕੇ ਵੀ ਆਉਂਦੇ ਹਾਂ, ਯੂਥ ਨੂੰ ਹਰ ਜਗ੍ਹਾ ਲੈ ਕੇ ਆਉਂਦੇ ਹਾਂ, ਬਟ ਜਿਹੜਾ ਇਤਿਹਾਸ ਰਿਪੀਟ ਕਰਾਉਂਦੀ ਹੈ ਉਹ BJP ਸਰਕਾਰ ਹਰ ਵਾਰੀ ਕਰਾਉਂਦੀ ਹੈ। ਜਿਵੇਂ ਕਿ 30 ਜਨਵਰੀ ਨੂੰ ਗੋਡਸੇ ਨੇ ਉਸ ਮਹਾਤਮਾ ਗਾਂਧੀ ਮਹਾਨ ਨੂੰ ਇੱਕ ਆਤਮਾ ਨੂੰ ਮਾਰਿਆ ਸੀ, ਸ਼ਹੀਦ ਕੀਤਾ ਸੀਗਾ, ਤੇ ਉਸੀ 30 ਜਨਵਰੀ ਨੂੰ ਜਾਮੀਆਂ ਦੇ ਵਿੱਚ ਇਹਨਾਂ ਦੇ ਗੂੰਜ ਦੇ ਅੰਦਰ ਵੜ ਕੇ ਜਾਮੀਆਂ ਯੂਨੀਵਰਸਿਟੀ ਦੇ ਵਿੱਚ ਉਹ ਦੁਬਾਰਾ ਇਤਿਹਾਸ ਰਿਪੀਟ ਕੀਤਾ ਤੇ ਵਿਦਿਆਰਥੀਆਂ ਦੇ ਉੱਤੇ ਉਹ ਇਹਨਾਂ ਨੇ ਇੰਨਾ ਤਸ਼ੱਦਦ ਕੀਤੀ ਕਿ ਜਿਹੜੀ ਦੱਸਣਯੋਗ ਨਹੀਂ ਤਰਸਯੋਗ ਹੈ ਸਰ। ਉਸ ਦਿਨ ਹੀ ਉਹਨਾਂ ਦੇ ਇੱਕ ਹਥਿਆਰਬੰਦ ਇੱਕ ABVP ਦੇ ਬੰਦੇ ਨੇ ਅੰਦਰ ਜੋ ਹਾਲਾਤ ਕੀਤੇ ਤੁਸੀਂ ਸਾਰਿਆਂ ਨੇ ਮੀਡੀਆ ਦੇ ਉੱਤੇ ਵੀ ਦੇਖਿਆ,
मीडिया ने भी सारा दिखाया ये गोडसे ते महात्मा गांधी का जो तुसी जिक्र किया है ते ये दोबारा तो दोबारा बीजेपी गोडसे ते पैदा कर दी है बीजेपी गोडसे नु अगे लेके आउंदी है ओदी ही विचारधारा नाल चलदी है इन्हां नु को स्वामी विवेकानंद जी नु आइडल ना मन्नो क्योंकि तुहानू बीजेपी सिखाउंदी है कि गोडसे बनना है ना कि स्वामी विवेकानंद बनना है जे स्वामी विवेकानंद बनना हुंदा ते तुसी हमेशा ग्राउंड ते आउंदे उन्हां विद्यार्थियों की पीड़ा समझदे गरीब विद्यार्थियों कोल जांदे भावें उह मुस्लिम विद्यार्थी सी जामिया यूनिवर्सिटी दे भावें उह जेएनयू दे विद्यार्थी सी भावें उह किसे हर वर्ग दे विद्यार्थी सी तुसी उन्हां दी विद्यार्थी समझ के उन्हां दी मदद करदे ना कि गोडसे बन के एबीवीपी वाले उन्हां ते तशद्दुद करदे। चलो ये मनोरिटी वाला सवाल विच आ गया चिरंशु चिरंशु सवाल यह है कि तुम स्वामी विवेकानंद का जिक्र किया जिन्हें नैशनल यूथ डे से भी जिक्र होंगे तो होना भी चाहिए सवाल यह है चिरंशु जो नाथूराम गोडसे का जिक्र होंगे तुहाड़े ते इल्जाम वार बार ही लगता उसको किवें धोओगे? नहीं देखो केबी जी महात्मा गांधी जी इस देश के राष्ट्रपिता ने एक बड़ी शख्सियत ने गोडसे ने उन्होंने हत्या की कंडम करते हैं गोडसे का साढ़े किसी भी संगठन कोई लिंक नहीं है पहली गल दूजी गल जे कमिशन की रिपोर्ट चक के देखेंगे क्योंकि ना तो अपने इतिहास में टटोलनगे जे महात्मा गांधी इन्ना आइडियलिक मानते हैं तो उन्होंने तो यह भी गल कही कि हुण कांग्रेस आजादी मिल गई हुण कांग्रेस नूं बंद करके कोई होर संगठन शुरू कर दो कांग्रेस का कम आजादी दवाना सीगा ते उस तो इवेंचुअली उस तो तीन दिन बाद ही महात्मा गांधी जी का मर्डर हो गया दोनों पार्टियां एक मिनट प्लीज अक्षय चिरंशु दोनों पार्टियां इनटॉलरेंस बारे सब नूं पता है दोनों की डरदे क्यों पए असीं क्योंकि भगत सिंह की सोच ही साडे लई बहुत खतरनाक है। भगत सिंह ने कहा सी भी नौजवान पीढ़ी का अज की काम है उहदे लई उन्होंने नौज विद्यार्थियों नौजवानों के नाम लई संदेश एक लिख के गए सी लेख लिख के गए सी जिदे विच खास तौर ते दस्या सी भी अज दी नौजवान पीढ़ी नूं मैं बम पिस्तौल चक्कण दी सलाह नहीं दिंदा क्योंकि उहदा काम इह आ भी इनकलाब दा सुनेहा हर उस पिंड गली मुहल्ले हर उस इलाके विच लैके जाणा जिहड़े लोक अज पछड़े होए ने जिन्हां दीआं हालतां खराब ने ते उस इनकलाब दा सुनेहा जिहड़ा इक मनुख हत्थों दूजे दी लुट खत्म करूगा ते बराबरी लैके आऊगा। हुण जे बराबरता आऊगी तो उस तों बाद खतरा तो सब तो वड्डे सत्ता दे विच बैठे लोगों नूं ही है। इसे करके अज भगत सिंह साडे पिछे रह जांदे ने ते होर बथेरियां गल्लां साडे मूहरे आ जांदियां ने। इसे लई साडे अज भगत सिंह आइडल भी ने क्योंकि उन्होंने नौजवानों के लिए एक बिल्कुल सही उद्देश ते एक ली दसी सी भी इसे रस्ते उत्ते चलदा ही अज दा नौजवान आ। हुण नौजवान क्यों उन्होंने किसी होर वर्ग नूं किसी होर नूं क्यों नहीं कहा? क्योंकि नौजवान कोल समां हुंदा नौजवान कोल शक्ति हुंदी आ नौजवान उस कॉलेज यूनिवर्सिटियां विच पढ़दा होया विचार सकदा ते पूरी दुनिया नूं देखदा है ते उह बहुत जोशीला हुंदा है इस करके उह दुनिया नूं बदलन लई नौजवान हमेशा अगे भूमिका निभाउंदे रहे आ चाहे उह जिन्ने इनकलाब होए ने चाहे किसी भी दुनिया च किते भी कोई भी चाहे सीआईए एनआरसी वाली मूवमेंट देख लो जे आरएसएस दीआं जां आपां कह लईए भी भाजपा सरकार दीआं नासी धूआं लियांदा तां उह देश दे नौजवानां ने लैके आंदा सी सड़कां दे उत्ते हजारां लखां दी गिणती च इह नौजवानां ने इक लहर खड़ी कर दित्ती सी। इही नौजवान पीढ़ी आ जिहतों उम्मीदां लग सकदियां ने तां जे इह नौज भगत सिंह भगत सराबे जिहड़े साडे इनकलाबी होए ने उहनां दे रस्ते ते चलण। अमनदीप मेरा इक सवाल तुहाडे तों आखरी सवाल है इह जिहड़ी सोच दी तुसीं गल करदे हो इनकलाबी सोच दी जिहड़े यूथ दी तुसीं गल करदे हो इनकलाबी सोच वाला जिहड़ा यूथ है उस दे लई इह सिस्टम दे विच स्पेस हैगी आ? नहीं इस इत्थे सिस्टम दे विच स्पेस सिर्फ उन्हां लई है जिहड़े सिस्टम दे वफादार बंदे ने बाकियां दे लई सिस्टम दे विच स्पेस बनाउणी पैंदी है। हुण तुसीं आप देखो पिछले समयां दे विच जदों लोक घरां दे विच बंद ने
ਜਦੋਂ ਕਰੋਨਾ ਲੱਗਿਆ ਸੀ ਨਾ ਲੋਕਡਾਊਨ, ਸਭ ਤੋਂ ਪਹਿਲਾਂ ਭਾਜਪਾ ਸਰਕਾਰ ਨੇ ਕੀਤਾ ਕੀ, ਜਿਹੜਾ ਸ਼ਹੀਨ ਬਾਗ ਚਾਨਣ ਮੁਨਾਰਾ ਬਣਿਆ ਹੋਇਆ ਸੀ ਉੱਥੇ ਜਾ ਕੇ ਕੰਧਾਂ ਪੇਂਟ ਕਰਾ ਤੀਆਂ ਵੀ ਇੱਥੇ ਦੁਬਾਰਾ ਕੋਈ ਟੈਂਟ ਨਾ ਲਾ ਸਕਿਆ। ਜਿਹੜੇ ਰੈਜ਼ਿਸਟੈਂਸ ਦੇ ਜਿਹੜੇ ਵਿਰੋਧ ਦੀਆਂ ਆਵਾਜ਼ਾਂ ਨੇ ਜੇ ਕੁਛ ਮਾੜਾ ਜਾ ਲਿਖਿਆ ਵੀ ਆ ਕੰਧਾਂ ਤੇ ਉਹ ਵੀ ਚੱਕ ਕੇ ਮਟੇਤਾ ਸੀ। ਉਸ ਤੋਂ ਬਾਅਦ ਹੁਣ ਲੋਕਾਂ ਨੂੰ ਘਰਾਂ ਚੋਂ ਚੱਕ ਚੱਕ ਕੇ ਉਹਨਾਂ ਨੂੰ ਉੱਥੇ ਜੇਲ੍ਹਾਂ ਦੇ ਵਿੱਚ ਸੁੱਟਿਆ ਜਾ ਰਿਹਾ ਵਾ ਲਗਾਤਾਰ। ਇਹੀ ਇਹ ਸਰਕਾਰ ਕਰ ਰਹੀ ਹੈ ਤੇ ਇਸੇ ਲਈ ਸਰਕਾਰ ਦੇ ਵਿੱਚ ਸਪੇਸ ਸਾਨੂੰ ਨਹੀਂ ਮਿਲ ਲੱਗੀ। ਨੌਜਵਾਨ ਲੋਕ ਨੇ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਆਪਦਾ ਰਾਹ ਆਪੇ ਚੁਣਦੀ ਹੈ ਤੇ ਨਵਾਂ ਰਸਤਾ ਬਣਾਉਂਦੀ ਹੁੰਦੀ ਹੈ। ਠੀਕ ਹੈ ਅਕਸ਼ੇ, ਯੂਥ ਲਈ ਸਪੇਸ ਕਿਉਂ ਨਹੀਂ ਮਿਲ ਪਾ ਰਹੀ? ਤੁਹਾਡੇ ਤੁਹਾਡੇ ਪਾਰਟੀ 'ਚ ਵੀ ਯੂਥ ਤੰਗ ਆ ਰਿਹਾ, ਤੰਗ ਨਜ਼ਰ ਆ ਰਿਹਾ? ਨਹੀਂ, ਯੂਥ ਨੂੰ ਸਰ ਹਰ ਜਗ੍ਹਾ ਸਪੇਸ ਦਿੱਤੀ ਜਾਂਦੀ ਹੈ, ਬਟ ਕਈ ਜਗ੍ਹਾ ਦੇ ਵਿੱਚ ਸੀਨੀਅਰ ਆਪਾਂ ਕਹਿ ਸਕੀਏ ਵੀ ਲੋੜ ਹੈ। ਸਾਡੀ ਪਾਰਟੀ ਹਰ ਸਮੇਂ ਗੱਲ ਵੀ ਕਰਦੀ ਹੈ, ਹਰ ਸਮੇਂ ਇਸ ਚੀਜ਼ ਤੁਹਾਡੀ ਪਾਰਟੀ ਦਾ ਰੋਲ ਹੀ ਅਕਸ਼ੇ ਹੈ। ਯੂਥ ਵਾਰ ਵਾਰ ਕਹਿ ਰਿਹਾ, ਚਾਹੇ ਉਹ ਆਪਦੇ ਆਪ ਨੂੰ ਯੂਥ ਕਹਿੰਦੇ ਆ, ਮੈਂ ਪਹਿਲਾਂ ਹੀ ਪੁੱਛਿਆ ਯੂਥ ਮੈਨੂੰ ਸਮਝ ਨਹੀਂ ਆ ਰਿਹਾ ਕਿਹਨੂੰ ਤੁਸੀਂ ਯੂਥ ਮੰਨਦੇ ਹੋ। ਸਚਿਨ ਪਾਇਲਟ ਸਿੱਧੀਆਂ ਵਾਲਾ ਐਪੀਸੋਡ ਮੈਨੂੰ ਯਾਦ ਆ ਰਿਹਾ। ਸਰ ਸਚਿਨ ਪਾਇਲਟ ਜੀ ਸਾਡੀ ਪਾਰਟੀ ਦੇ ਹੀ ਨੇ ਤੇ ਪਾਰਟੀ ਦੇ ਨਾਲ ਹੀ ਨੇ, ਨਾਲ ਖੜੇ। ਮੈਂ ਤਾਂ ਕਿਹਾ ਹੀ ਨਹੀਂ ਪਾਰਟੀ ਤੋਂ ਬਾਹਰ ਗਏ ਆ। ਤੁਸੀਂ ਸਰ ਤੁਸੀਂ ਪਾਰਟੀ ਤੋਂ ਬਾਹਰ ਜਾਣ ਦੀ ਵੀ ਗੱਲ ਕੀ ਕਰ ਲਓ ਨਾ ਤੁਸੀਂ, ਅਸੀਂ ਵਿਦਿਆਰਥੀ ਇੱਥੇ ਬੈਠੇ ਹਾਂ, ਅਸੀਂ ਤਿੰਨੋਂ ਜਾਣੇ ਇੱਥੇ ਬੈਠੇ ਹਾਂ, ਅਸੀਂ 30 ਸਾਲ ਤੋਂ ਲਾ ਲਓ ਨੀਚੇ ਨੀਚੇ ਦੇ ਹਾਂ, 27 ਸਾਲ ਤੋਂ। ਇਹਨਾਂ ਦੇ ਤੇ ABBP ਦਾ ਪ੍ਰਧਾਨ ਹੀ 50 ਸਾਲ ਦਾ, ਉਹੀ ਉਹਨਾਂ ਦਾ ਸਟੈਂਡ ਨਹੀਂ। ਤੁਸੀਂ 50 ਸਾਲ ਤੋਂ ਯੂਥ ਦੀ ਗੱਲ ਕਰਦੇ ਹੋ ਤੇ ਵਿਦਿਆਰਥੀ ਜਥੇਬੰਦੀ ਦਾ ਆਲ ਇੰਡੀਆ ਦਾ ਪ੍ਰਧਾਨ ਦੀ ਉਮਰ ਪੁੱਛ ਲਓ ਇਹਨਾਂ ਤੋਂ। ਤੁਸੀਂ ਇਹ ਗੱਲ ਸਿਰਫ ਤੇ ਸਿਰਫ ਇੱਕ ਕੰਮਾਂ ਦੀ ਕਰਦੇ ਨੇ, ਕੰਮ ਦੇ ਆਧਾਰ ਦੇ ਮੁੱਦੇ ਦੀ ਗੱਲ ਕਰੋ। ਤੁਸੀਂ ਸਟੂਡੈਂਟਸ ਦੀ ਗੱਲ ਕੀਤੀ ਸੀਗੀ, ਸਟੂਡੈਂਟ ਨੂੰ ਪ੍ਰਮੋਸ਼ਨ ਕਰਨ ਦੀ ਗੱਲ, ਇਹਨਾਂ ਦੇ ABBP ਦੇ ਮੇਨ ਉਹ ਕਹਿੰਦੇ ਵੀ ਅਸੀਂ ਅਗੇਂਸਟ ਹਾਂ ਜੀ ਵਿਦਿਆਰਥੀਆਂ ਨੂੰ ਕਰੋਨਾ ਦੇ ਚੱਲਦੇ ਪ੍ਰਮੋਟ ਨਹੀਂ ਕੀਤਾ ਜਾਣਾ ਚਾਹੁੰਦਾ, ਇਹ ਕਹਿੰਦੇ ਸੀ। ਚਰਾਂਸ਼ੂ ਠੀਕ ਹੈ, ਚਰਾਂਸ਼ੂ ਲਾਸਟ ਕਮੈਂਟ ਤੁਹਾਡਾ, ਚਰਾਂਸ਼ੂ ਲਾਸਟ ਕਮੈਂਟ ਚਾਹੀਦਾ ਕਿ ਮੈਂ ਯੂਥ ਮੈਂ ਠੀਕ ਹੈ ਅਕਸ਼ੇ ਤੁਹਾਡਾ ਕਮੈਂਟ ਆ ਗਿਆ। ਚਰਾਂਸ਼ੂ ਮੇਰਾ ਸਵਾਲ ਹੈ, ਯੂਥ ਨੂੰ ਸਪੇਸ ਨਹੀਂ ਮਿਲ ਪਾ ਰਹੀ ਇਸ ਪੋਲੀਟੀਕਲ ਸਿਸਟਮ ਦੇ ਵਿੱਚ? ਚਰਾਂਸ਼ੂ ਬਿਲਕੁਲ ਨਹੀਂ ਸਪੇਸ, ਤਾਂ ਜੀ ਸਪੇਸ ਹੈ ਜਿਹੜੇ ਮੇਰੇ ਵੀਰ ਦੋਨੋਂ ਵੀਰ ਮੇਰੀ ਭੈਣ ਬੈਠੀ ਹੈ, ਇਹਨਾਂ ਨੂੰ ਸਪੇਸ ਮਿਲੀ ਹੈ ਤਾਂ ਹੀ ਇਹਨਾਂ ਅਜੇ ਕ੍ਰਿਟੀਸਾਈਜ਼ ਵੀ ਕਰ ਪਾ ਰਹੇ ਨੇ ਤਾਂ ਸਪੇਸ ਹੈਗੀ ਹੈ ਪਾ ਰਹੇ ਹੈ। ਦੂਸਰੀ ਗੱਲ ਜਿਹੜੀ ਅੱਜ ਜੀ ਕਹਿ ਰਹੇ ਨੇ ਕਿ ਇਹਨਾਂ ਦੇ ਪਾਰਟੀ ਦਾ ਪ੍ਰਧਾਨ ਪ੍ਰਧਾਨ ਹੈ ਜਿਹੜਾ ਪੰਜਾਬ, ਹਰੇਕ ਪਾਰਟੀ ਦਾ ਆਪਣੇ ਸੰਵਿਧਾਨ ਨੇ ਹਰੇਕ ਇੰਸਟੀਟਿਊਸ਼ਨ ਨੂੰ ਹਰ ਆਰਗੇਨਾਈਜੇਸ਼ਨ ਨੂੰ। ਚਲੋ ਮੈਨੂੰ ਇੱਕ ਚਰਾਂਸ਼ੂ ਚਰਾਂਸ਼ੂ ਲਾਸਟ ਲਾਸਟ ਸਵਾਲ ਦਾ ਜਵਾਬ ਦਿਓ। ਚਰਾਂਸ਼ੂ ਚਰਾਂਸ਼ੂ ਇੱਕ ਮਿੰਟ ਅਕਸ਼ੇ ਪਲੀਜ਼, ਇੱਕ ਮਿੰਟ ਪ੍ਰਮੋਸ਼ਨ ਵਾਲੀ ਮੈਂ ਗੱਲ ਕਰਦਾ ਕੇਪੀ ਜੀ ਕੁਝ ਪ੍ਰਮੋਸ਼ਨ। ਇੱਕ ਮਿੰਟ ਪਲੀਜ਼ ਚਰਾਂਸ਼ੂ, ਚਰਾਂਸ਼ੂ ਲਾਸਟ ਕੁਐਸਚਨ ਹੈ ਮੇਰਾ। ਚਰਾਂਸ਼ੂ ਇੱਕ ਮਿੰਟ ਪਲੀਜ਼, ਨੋਨ ਪੋਲੀਟੀਕਲ ਚਰਾਂਸ਼ੂ ਇੱਕ ਮਿੰਟ ਪਲੀਜ਼, ਇੱਕ ਮਿੰਟ ਅਕਸ਼ੇ ਚਰਾਂਸ਼ੂ ਇੱਕ ਮਿੰਟ ਚਰਾਂਸ਼ੂ ਸਵਾਲ ਤਾਂ ਸੁਣ ਲਓ। ਚਰਾਂਸ਼ੂ ਇੱਕ ਮਿੰਟ ਚਰਾਂਸ਼ੂ, ਰਿਟਾਇਰਮੈਂਟ ਕੀ, ਰਿਟਾਇਰਮੈਂਟ ਕਿੰਨੇ ਸਾਲ ਦੀ ਉਮਰ ਵਿੱਚ ਹੋ ਜਾਣੀ ਚਾਹੀਦੀ ਹੈ ਇੱਕ ਪੋਲੀਟੀਸ਼ੀਅਨ ਦੀ? ਚਰਾਂਸ਼ੂ ਯੂਥ ਤੋਂ ਪੁੱਛ ਰਿਹਾ ਮੈਂ, ABBP ਭੁੱਲ ਜਾਓ। ਭਾਜਪਾ ਨੇ 75 ਸਾਲ ਰੱਖੀ ਹੈ, ਨਹੀਂ ਨਹੀਂ ਭਾਜਪਾ ਨੇ 75 ਸਾਲ ਰੱਖੀ ਹੈ ਤਾਂ ਸਾਨੂੰ ਵੀ 75 ਠੀਕ ਲੱਗਦੀ ਹੈ। ਠੀਕ ਲੱਗਦੀ, ਅੱਛਾ ਠੀਕ ਠੀਕ ਹੈ ਠੀਕ ਹੈ ਠੀਕ ਹੈ। ਅਕਸ਼ੇ ਕਿੰਨੀ, ਇੱਕ ਮਿੰਟ ਅਕਸ਼ੇ ਕਿੰਨੀ ਉਮਰ ਹੋਣੀ ਚਾਹੀਦੀ ਹੈ? ਇੱਕ ਮਿੰਟ ਪਲੀਜ਼ ਪਲੀਜ਼, ਚਰਾਂਸ਼ੂ ਆਪਣੇ ਕੋਲ ਵਕਤ ਨਹੀਂ ਹੈ, ਇੱਦਾਂ ਨਾ ਕਰੋ ਪਲੀਜ਼। ਚਰਾਂਸ਼ੂ ਇੱਦਾਂ ਨਾ ਕਰੋ ਪਲੀਜ਼, ਮੈਂ ਵਕਤ ਦੇਣਾ ਹੀ ਨਹੀਂ ਹੋਰ। ਹਾਂ ਅਕਸ਼ੇ ਕਿੰਨੀ ਉਮਰ ਹੋਣੀ ਚਾਹੀਦੀ ਹੈ ਅਕੋਰਡਿੰਗ ਸਾਨੂੰ ਸਾਰੇ ਵਿਦਿਆਰਥੀਆਂ ਨੂੰ ਜਾਂ ਸਾਰੇ ਸਾਰੇ ਯੂਥ ਨੂੰ ਇੱਕ ਪਾਲਿਸੀ ਦੇ ਲਈ ਮੰਗ ਉਠਾਉਣੀ ਚਾਹੀਦੀ ਹੈ ਕਿ ਇਨ ਪੋਲਿਟਿਕਸ ਰਿਟਾਇਰਮੈਂਟ ਪਾਲਿਸੀ ਬਣਨੀ ਚਾਹੀਦੀ ਹੈ ਜਿਸ ਤਰੀਕੇ ਦੇ ਨਾਲ। ਕਿੰਨੀ ਉਮਰ ਹੋਣੀ ਚਾਹੀਦੀ ਹੈ ਅਕਸ਼ੇ, ਤੁਸੀਂ ਪੁਆਇੰਟ ਤੇ ਕਿਉਂ ਨਹੀਂ ਆ ਰਹੇ? ਸਰ 60 ਸਾਲ ਤੋਂ ਉੱਤੇ ਜੇ 60 ਸਾਲ ਠੀਕ ਹੈ ਠੀਕ ਹੈ 60 ਸਾਲ। ਅਮਨਦੀਪ, ਅਮਨਦੀਪ ਕਿੰਨੀ ਉਮਰ ਹੋਣੀ ਚਾਹੀਦੀ ਹੈ? ਮੈਨੂੰ ਲੱਗਦਾ ਉਮਰਾਂ ਨਾਲ ਕੋਈ ਫਰਕ ਨਹੀਂ ਪੈਂਦਾ, ਕੰਮ ਤਾਂ ਕਰੇ ਸਾਡਾ ਇੱਥੇ 50 ਵਾਲਾ ਕੰਮ ਕਰਦਾ ਨਾ 60 ਵਾਲਾ ਨਾ। ਉਹ ਠੀਕ ਹੈ ਅਮਨਦੀਪ, ਠੀਕ ਹੈ ਅਮਨਦੀਪ, ਠੀਕ ਹੈ, ਤੁਸੀਂ ਆਪਣਾ ਪੁਆਇੰਟ ਤਾਂ ਰੱਖੋ ਨਾ, ਪੁਆਇੰਟ ਕਿਉਂ ਨਹੀਂ ਰੱਖ ਪਾ ਰਹੇ ਤੁਸੀਂ? ਇੰਨੀ ਇੱਕ ਮਿੰਟ ਪਲੀਜ਼ ਚਰਾਂਸ਼ੂ, ਇੱਕ ਮਿੰਟ ਪਲੀਜ਼ ਚਰਾਂਸ਼ੂ, ਇੱਦਾਂ ਨਾ ਕਰੋ, ਇੱਦਾਂ ਨਾ ਕਰੋ। ਅਮਨਦੀਪ ਕਿੰਨੀ ਏਜ ਹੋਣੀ ਚਾਹੀਦੀ ਹੈ ਰਿਟਾਇਰਮੈਂਟ ਦੀ? ਅਮਨਦੀਪ ਜਿੰਨੀ ਜਿੰਨੀ ਆਮ ਰਿਟਾਇਰਮੈਂਟ ਏਜ ਹੁੰਦੀ ਹੈ ਉਨੀ ਹੋਣੀ ਚਾਹੀਦੀ ਹੈ। 50 60 ਇਹ ਤਾਂ ਸਾਡਾ ਧੰਦਾ ਹੈ। 50 60 65 ਹਾਂਜੀ 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 ਬਿਲਕੁਲ। ਚਲੋ ਠੀਕ ਹੈ, ਬਹੁਤ ਧੰਨਵਾਦ। ਮੈਂ ਯੂਥ ਦੀ ਸਪੇਸ ਦੀ ਗੱਲ ਕਰ ਰਿਹਾ ਸੀ। ਅਮਨਦੀਪ ਤੁਹਾਡਾ ਵੀ ਬਹੁਤ ਧੰਨਵਾਦ, ਚਰਾਂਸ਼ੂ ਤੁਹਾਡਾ ਵੀ ਬਹੁਤ ਧੰਨਵਾਦ, ਅਕਸ਼ੇ ਤੁਹਾਡਾ ਵੀ ਬਹੁਤ ਧੰਨਵਾਦ, ਅਕਸ਼ੇ ਤੁਹਾਡਾ ਵੀ ਬਹੁਤ ਧੰਨਵਾਦ। ਹਾਲਾਂਕਿ ਯੰਗ ਬਲਾਡਾ ਥੋੜ੍ਹਾ ਗਰਮ ਹੁੰਦਾ, ਸੋਚਦਾ ਬਹੁਤ ਕੁਛ ਹੈ ਅਤੇ ਉਸਨੂੰ ਜ਼ਮੀਨ 'ਤੇ ਕਿਵੇਂ ਉਤਾਰਨਾ। ਇਹਨਾਂ ਦੇ ਕੋਲ ਬਹੁਤ ਸਾਰੀਆਂ ਪੋਲਿਸੀਸ ਵੀ ਹੁੰਦੀਆਂ, ਰਣਨੀਤੀਆਂ ਵੀ ਹੁੰਦੀਆਂ, ਇਹ ਉਸ ਤਰੀਕੇ ਨਾਲ ਕੰਮ ਵੀ ਕਰਦੇ ਆ, ਗਰਾਊਂਡ 'ਤੇ ਵੀ ਕੰਮ ਕਰਦੇ ਆ। ਪਰ ਸਵਾਲ ਇਹ ਹੈਗਾ ਕਿ ਅੱਜ ਕੱਲ੍ਹ ਦਾ ਯੂਥ ਗੂਗਲ 'ਤੇ ਜ਼ਿਆਦਾ ਲੱਗਿਆ ਹੋਇਆ, ਜਦੋਂ ਗੂਗਲ ਤੋਂ ਅਸੀਂ ਗਰਾਊਂਡ 'ਤੇ ਪਹੁੰਚਾਂਗੇ ਤਾਂ ਉੱਥੇ ਤਸਵੀਰ ਹੋਰ ਆਉਂਦੀ ਹੈ, ਅਤੇ ਉੱਥੇ ਹੀ ਫਿਰ ਸਵਾਲ ਹੁੰਦਾ ਕਿ ਜਵਾਨੀ ਅੱਗੇ ਕਿਹੜੀ ਜੰਗ ਹੈ। ਅਸੀਂ ਤਕਰੀਬਨ ਸਾਰੇ ਇਸ਼ੂਜ਼ ਹੈ ਉਸਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕੀਤੀ ਇਸ ਡਿਬੇਟ ਦੇ ਵਿੱਚ। ਇੰਟਰਨੈਸ਼ਨਲ ਯੂਥ ਡੇ ਦੇ ਬਹਾਨੇ ਅਸੀਂ ਯੂਥ ਦੀ ਗੱਲ ਕਰਨ ਜੋਗੇ ਹੋ ਗਏ ਹਾਂ, ਕਿਉਂਕਿ ਸਾਡੇ ਮੀਡੀਆ ਦੇ ਵਿੱਚ, ਸਾਡੇ ਸਟੂਡੀਓ ਦੇ ਵਿੱਚ ਯੂਥ ਦੀ ਹਿੱਸੇਦਾਰੀ ਹੈ ਉਹ ਵੀ ਘਟਦੀ ਜਾ ਰਹੀ ਹੈ। ਇਸ ਪੋਲੀਟੀਕਲ ਸਿਸਟਮ ਦੇ ਵਿੱਚ ਜਿਹੜਾ ਆਉਣ ਵਾਲਾ ਯੂਥ ਹੈ ਉਹ ਨਹੀਂ ਆ ਪਾ ਰਿਹਾ। ਸਾਡਾ ਸਵਾਲ ਉਹਨਾਂ ਲਈ ਹੈਗਾ, ਚਾਹੇ ਉਹ ਇਲੈਕਸ਼ਨ ਦਾ ਮੁੱਦਾ ਹੋਵੇ, ਚਾਹੇ
ਤਾਂ ਗਰਾਊਂਡ ਵੀ ਸਾਡੇ ਸੱਖਣੇ ਹੋ ਜਾਣਗੇ। ਇਕੱਲੇ ਗੂਗਲ ਨੇ ਸਾਨੂੰ ਕੁਛ ਨਹੀਂ ਦੇਣਾ ਗਾ, ਸੋਸ਼ਲ ਮੀਡੀਆ 'ਤੇ ਕੰਪੇਨ ਨਾਲ ਕੁਛ ਨਹੀਂ ਹੋਣਾ ਗਾ, ਗਰਾਊਂਡ 'ਤੇ ਸਾਨੂੰ ਕੰਮ ਕਰਨਾ ਪਵੇਗਾ, ਅਤੇ ਸਮਾਰਟਫੋਨ ਵੰਡਣ ਨਾਲ ਵੀ ਕੁਛ ਨਹੀਂ ਹੋਣਾ ਗਾ, ਹੈਸ਼ਟੈਗ ਦੇਣ ਨਾਲ ਵੀ ਕੁਛ ਨਹੀਂ ਹੋਣਾ ਗਾ। ਜੇ ਅਸੀਂ ਯੂਥ ਦੀ ਸੋਚ ਨੂੰ, ਯੂਥ ਦੀ ਜਿਹੜੀ ਉਹਨਾਂ ਦੀ ਵਿਚਾਰਧਾਰਾ, ਉਹਨਾਂ ਦੀ ਪਰਵਰਿਸ਼ ਹੈ, ਜੇ ਉਹਦੇ ਵਿੱਚ ਉਸ ਸੋਚ ਨੂੰ ਅਸੀਂ ਡਿਵੈਲਪ ਨਹੀਂ ਕਰਾਂਗੇ ਤਾਂ ਇਸ ਮੌਜੂਦਾ ਸਿਸਟਮ ਨੂੰ ਅਸੀਂ ਚੈਲੇਂਜ ਨਹੀਂ ਕਰ ਸਕਦੇ। ਇਸ ਲਈ ਜਵਾਨੀ ਅੱਗੇ ਹੀ ਜੰਗ ਹੈ। ਤੁਹਾਡਾ ਬਹੁਤ ਧੰਨਵਾਦ ਸਾਰਿਆਂ ਦਾ।